ਸਤ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 4 ਸਤੰਬਰ ਦਾ ਦਿਨ ਸੋਮਵਾਰ ਹੈ ਨਾਨਕਸ਼ਹੀ ਸੰਮਤ 555 ਦੇ ਮੁਤਾਬਕ ਅਜ 19 ਭਾਦੋਂ ਹੋ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਦੇ ਮੁਤਾਬਕ ਅੱਜ ਤੋਂ ਲੈ ਕੇ 9 ਸਤੰਬਰ ਤੱਕ ਪੰਜਾਬ ਦਾ ਮੌਸਮ ਖੁਸ਼ਕ ਹੀ ਰਹੇਗਾ ਹਾਲਾਂਕਿ ਕੱਲ ਪਰਸੋਂ ਤੇ ਚੌਥੇ ਨੂੰ ਥੋੜੀ ਹਮਸ ਵਾਲੀ ਸਥਿਤੀ ਹੋ ਸਕਦੀ ਹੈ ਕਛਮੀ ਮਾਲਵਾ ਤਾਂ ਸੁੱਕਾ ਹੀ ਰਹੇਗਾ ਪਿਛਲੇ ਮਹੀਨੇ ਅਗਸਤ ਦੇ ਵਿੱਚ ਭਾਵੇਂ ਪੰਜਾਬ ਦੇ ਵਿੱਚ ਕਿਤੇ ਭਾਰੀ ਕਿਤੇ ਹਲਕਾ ਮੀਂਹ ਪੈਂਦਾ ਹੀ ਰਿਹਾ ਪਰ ਸਤੰਬਰ ਦਾ ਜਿਹੜਾ ਪਹਿਲਾ ਹਫਤਾ ਹੈ ਜਾਂ ਕਹਿ ਸਕਦੇ ਹਾਂ ਕਿ ਪਹਿਲੇ 10 ਦਿਨੇ ਪੂਰੇ ਸੁੱਕੇ ਰਹਿਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ 9 ਤੋਂ ਬਾਅਦ ਜਿਹੜਾ 9 ਸਤੰਬਰ ਤੋਂ ਬਾਅਦ ਮੌਸਮ ਦੇ ਵਿੱਚ ਥੋੜਾ ਬਦਲਾਅ ਆ ਸਕਦਾ ਹੈ ਹਮਸਪਰਿ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ 9 ਸਤੰਬਰ ਤੋਂ ਬਾਅਦ ਮੌਸਮ ਬਦਲ ਸਕਦਾ ਹੈ ਕਿਉਂਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਹਿਮਾਚਲ ਦੇ ਵਿੱਚ ਮੀਂਹ ਪੈਣ ਦੀ ਮੌੜ ਤੋਂ ਸੰਭਾਵਨਾ ਜਤਾਈ ਗਈ ਹੈ ਜਿਸ ਦਾ ਅਸਰ ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ਤੇ ਪਵੇਗਾ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਹਿਹਾ ਜਦਕਿ ਘੱਟੋ ਘੱਟ ਤਾਪਮਾਨ ਜਿਹੜਾ 26 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਰਿਹਾ ਪੂਰੇ ਦੇਸ਼ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਛੇੜੀ ਗਈ ਨਵੀਂ ਤਾਰ ਇੱਕ ਦੇਸ਼ ਇੱਕ ਚੋਣ ਦੇ ਉੱਤੇ ਚਰਚਾ ਚੱਲ ਰਹੀ ਹੈ ਉਹ ਖਬਰ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਪਰ ਪਹਿਲਾਂ ਪੰਜਾਬ ਦੀ ਇੱਕ ਵੱਡੀ ਖਬਰ ਤੁਹਾਨੂੰ ਦੱਸਦੇ ਹਾਂ 17 ਅਗਸਤ ਦੀ ਉਸ ਖਬਰ ਬਾਰੇ ਹੁਣ ਤੱਕ ਤੁਸੀਂ ਸਾਰੇ ਜਾਣਦੇ ਹੋਵੋਗੇ ਜਦੋਂ ਜਲੰਧਰ ਤੇ ਦੋ ਢਿੱਲੋਂ ਪਰਾਵਾਂ ਨੇ ਦਰਿਆ ਦੇ ਵਿੱਚ ਛਾਲ ਮਾਰ ਕੇ ਆਪਣੀਆਂ ਜਾਨਾਂ ਦੇ ਦਿੱਤੀਆਂ ਸਨ ਥਾਣੇਦਾਰ ਤੇ ਤੰਗ ਪਰੇਸ਼ਾਨ ਕਰਨ ਦੇ ਜ਼ਲੀਲ ਕਰਨ ਦੇ ਦੋਸ਼ ਲੱਗੇ ਸਨ ਉਸ ਮਾਮਲੇ ਦੇ ਵਿੱਚ ਆਖਿਰਕਾਰ ਪੁਲਿਸ ਨੇ ਕਰੀਬ 20 ਦਿਨਾਂ ਬਾਅਦ ਐਸਐਚਓ ਸਮੇਤ ਤਿੰਨ ਜਣਿਆਂ ਖਿਲਾਫ ਪਰਚਾ ਦਰਜ ਕਰ ਹੀ ਲਿਆ ਪੀੜਤ ਪਰਿਵਾਰ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਕਪੂਰਥਲਾ ਦੇ ਥਾਣੇ ਤਲਵੰਡੀ ਚੌਧਰੀਆਂ ਦੇ ਵਿੱਚ ਜਲੰਧਰ ਦੇ ਡਿਵੀਜ਼ਨ ਨੰਬਰ 1 ਵਿੱਚ ਰਹੇ ਥਾਣੇਦਾਰ ਨਵਦੀਪ ਸਿੰਘ, ਮੁੰਸ਼ੀ ਐਸਆਈ ਬਲਵਿੰਦਰ ਕੁਮਾਰ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਦੇ ਖਿਲਾਫ ਜਾਨ ਦੇਣ ਲਈ ਮਜਬੂਰ ਕਰਨ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਦੋਵੇਂ ਭਰਾਵਾਂ ਦੇ ਵਿੱਚੋਂ ਇੱਕ ਭਰਾ ਜਸ਼ਨਬੀਰ ਸਿੰਘ ਦੀ ਦੇਹ ਪਰਸੋਂ ਦਰਿਆ ਨੇੜਲੇ ਇੱਕ ਖੇਤ ਦੇ ਵਿੱਚੋਂ ਮਿਲੀ ਸੀ। ਪਿਤਾ ਜਤਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜਦੋਂ ਤੱਕ ਵੱਡੇ ਪੁੱਤ ਦੀ ਦੇਹ ਨਹੀਂ ਮਿਲ ਜਾਂਦੀ ਉਦੋਂ ਤੱਕ ਛੋਟੇ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ। ਪਿਓ ਨੇ ਮੰਗ ਕੀਤੀ ਹੈ ਕਿ ਮੁੱਖ ਦੋਸ਼ੀ ਥਾਣੇਦਾਰ ਨਵਦੀਪ ਸਿੰਘ ਸਮੇਤ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਦਸਤਾਰ ਦੀ ਬੇਅਦਬੀ ਕਰਨ ਬਦਲੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਧਾਰਾ 295A ਵੀ ਜੋੜੀ ਜਾਵੇ। ਪਿਤਾ ਨੂੰ ਖਦਸ਼ਾ ਹੈ ਕਿ ਮਾਮਲਾ ਕਿਤੇ ਸਿਰਫ ਪਰਚਾ ਦਰਜ ਕਰਨ ਤੱਕ ਹੀ ਸੀਮਤ ਨਾ ਰਹਿ ਜਾਵੇ। ਦੋਸ਼ੀਆਂ ਨੂੰ ਸਜ਼ਾ ਵੀ ਹੋਣੀ ਚਾਹੀਦੀ ਹੈ ਜਿਸ ਨਾਲ ਕਰਕੇ ਉਹਨਾਂ ਦੇ ਦੋਵੇਂ ਪੁੱਤ ਵਿਛੜ ਗਏ ਨੇ। ਪਰਿਵਾਰ ਦੇ ਦੱਸਣ ਮੁਤਾਬਕ ਦੋਵੇਂ ਪੁੱਤ ਬੜੇ ਲਾਇਕ ਸਨ ਭਾਵੇਂ ਉਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਪੁਰਾਣੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਪਰ ਹੁਣ ਉਹਨਾਂ ਨੇ ਕੇਸ ਵੀ ਰੱਖਲੇ ਸਨ ਦਸਤਾਰ ਧਾਰੀ ਸਨ ਅਤੇ ਜਿਸ ਦਿਨ ਥਾਣੇ ਵਿੱਚ ਜ਼ਲੀਲ ਕੀਤਾ ਗਿਆ ਉਸ ਦਿਨ ਵੱਡੇ ਭਰਾ ਮਾਨਵਜੀਤ ਸਿੰਘ ਦੀ ਦਸਤਾਰ ਦੀ ਬੇਇੱਜ਼ਤੀ ਵੀ ਕੀਤੀ ਗਈ ਜਿਸ ਤੋਂ ਬਾਅਦ ਦੋਵੇਂ ਭਰਾਵਾਂ ਨੇ ਇੱਕ ਦੂਸਰੇ ਦੇ ਨਾਲ ਫੋਨ ਤੇ ਆਪਣਾ ਦੁੱਖ ਵੰਡਾਉਂਦਿਆਂ ਵਕ-ਵਕ ਥਾਵਾਂ ਤੋਂ ਦਰਿਆ 'ਚ ਛਾਲਾ ਮਾਰ ਦਿੱਤੀਆਂ ਮਾਨਵਜੀਤ ਢਿੱਲੋਂ ਨੇ ਉਸ ਤੋਂ ਪਹਿਲਾਂ ਥਾਣੇਦਾਰ ਨਵਦੀਪ ਸਿੰਘ ਤੇ ਕਥਿਤ ਤਸ਼ੱਦਦ ਕਰਨ ਤੇ ਉਸਦੀ ਦਸਤਾਰ ਉਤਾਰਨ ਦਾ ਦੋਸ਼ ਲਾਇਆ ਸੀ ਇਸ ਦਾ ਸਾਹਮਣਾ ਕਰਦੇ ਹੋਏ ਮਾਨਵਜੀਤ ਨੇ ਬਹੁਤੀ ਜ਼ਲਾਲਤ ਮਹਿਸੂਸ ਕੀਤੀ ਜਸ਼ਨਬੀਰ ਦੀ ਦੇ ਖੇਤਾਂ ਵਿੱਚੋਂ ਮਿਲੀ ਹੈ ਪਰਿਵਾਰ ਨੇ ਕੜੇ ਤੇ ਨੀਲੇ ਰੰਗ ਦੇ ਬੂਟਾਂ ਤੋਂ ਉਸ ਦੀ ਪਛਾਣ ਕੀਤੀ ਹੈ ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਚੁੱਕਿਆ ਸੀ ਪੁਲਾਹਤ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੀੜਤ ਪਰਿਵਾਰ ਦੇ ਘਰ ਵੀ ਪਹੁੰਚੇ ਸਨ ਤੇ ਲਗਾਤਾਰ ਇਸ ਮੁੱਦੇ ਤੇ ਇਨਸਾਫ ਦੀ ਮੰਗ ਕਰਦੇ ਰਹੇ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਪੰਜਾਬ ਸਰਕਾਰ ਨੂੰ ਲਗਾਤਾਰ ਇਸ ਮੁੱਦੇ ਤੇ ਘੇਰਿਆ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਹੋਣ ਜਾਂ ਫਿਰ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੇ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦੇ ਇਸ ਮਾਮਲੇ ਨੂੰ ਜ਼ੋਰ ਸ਼ੋਰ ਨਾਲ ਚੁੱਕਿਆ ਸੀ ਐਸਐਚਓ ਨਵਦੀਪ ਸਿੰਘ ਬਾਰੇ ਇੱਕ ਹੋਰ ਗੱਲ ਵੀ ਤੁਹਾਨੂੰ ਯਾਦ ਕਰਵਾ ਦਿੰਨੇ ਆ ਕਰੋਨਾ ਜਦੋਂ ਕਰੋਨਾ ਕਾਲ ਸੀ ਉਸ ਵਕਤ ਇਸ ਥਾਣੇਦਾਰ ਦੀ ਇੱਕ ਸਬਜ਼ੀ ਵਾਲੇ ਦੀ ਫੜੀ ਦੀਆਂ ਸਬਜ਼ੀਆਂ ਲੱਤ ਮਾਰ ਕੇ ਖਿਲਾਰਨ ਦੀ ਵੀਡੀਓ ਵੀ ਵਾਇਰਲ ਹੋਈ ਸੀ ਉਸ ਮੌਕੇ ਵੀ ਥਾਣੇਦਾਰ ਵਿਰੁੱਧ ਕਾਰਵਾਈ ਕੀਤੀ ਗਈ ਸੀ ਯਾਨੀ ਕਿ ਇਹ ਥਾਣੇਦਾਰ ਆਪਣੀਆਂ ਤੱਕੇ ਸ਼ਹੀਦੀਆਂ ਹਰਕਤਾਂ ਕਰਕੇ ਪਹਿਲਾਂ ਹੀ ਬਦਨਾਮ ਹੈ ਹੁਣ ਪਰਿਵਾਰ ਤੇ ਇਨਸਾਫ ਪਸੰਦ ਲੋਕਾਂ ਨੂੰ ਉਡੀਕ ਰਹੇਗੀ ਕਿ ਕਦੋਂ ਦੋਸ਼ਾਂ ਦੇ ਖਿਲਾਫ ਅਗਲੀ ਕਾਰਵਾਈ ਹੋਵੇਗੀ ਪੰਜਾਬ ਦੀ ਅਗਲੀ ਵੱਡੀ ਖਬਰ ਪੰਜਾਬ ਦੇ ਇੱਕ ਵੱਡੇ ਲੀਡਰ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਦੇ ਨਾਲ ਜੁੜੀ ਹੋਈ ਹੈ ਇਹ ਵੱਡਾ ਚਿਹਰਾ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਦੇ ਭਰਾ ਦਾ ਹੈ ਤੁਸੀਂ ਸਹੀ ਪਛਾਣ ਲਿਆ ਹੋਣਾ ਇਹ ਚਿਹਰਾ ਮਨਪ੍ਰੀਤ ਸਿੰਘ ਬਾਦਲ ਦਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਭਾਜਪਾ ਲੀਡਰ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਜਾਂਚ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਨੇ ਤੇ ਕਿਸੇ ਵੀ ਵਕਤ ਸਾਬਕਾ ਮੰਤਰੀ ਖਿਲਾਫ ਕਾਰਵਾਈ ਹੋ ਸਕਦੀ ਹੈ ਪਤਾ ਲੱਗਿਆ ਹੈ ਕਿ ਮਨਪ੍ਰੀਤ ਬਾਦਲ ਅਤੇ ਉਹਨਾਂ ਦਾ ਨੇੜਲਾ ਰਿਸ਼ਤੇਦਾਰ ਇਸ ਵਕਤ ਪੰਜਾਬ ਤੋਂ ਬਾਹਰ ਨੇ ਮਨਪ੍ਰੀਤ ਬਾਦਲ ਤਾਂ ਪੰਜਾਬ ਹੀ ਨਹੀਂ ਭਾਰਤ ਤੋਂ ਵੀ ਬਾਹਰ ਨੇ ਵਿਦੇਸ਼ ਗਏ ਹੋਏ ਨੇ ਪਤਾ ਲੱਗਿਆ ਕਿ ਵਿਜੀਲੈਂਸ ਦੇ ਹੱਥ ਕੁਝ ਤਕਨੀਕੀ ਨੁਕਤੇ ਲੱਗੇ ਨੇ ਜਿਨ੍ਹਾਂ ਨੇ ਜਾਂਚ ਨੂੰ ਕਾਨੂੰਨੀ ਤੌਰ ਤੇ ਮਜ਼ਬੂਤੀ ਦਿੱਤੀ ਹੈ ਜਾਂਚ ਦੇ ਵਿੱਚ ਬਠਿੰਡਾ ਵਿਕਾਸ ਅਥਾਰਟੀ ਦੇ ਸੀਨੀਅਰ ਅਧਿਕਾਰੀ ਵੀ ਨਿਸ਼ਾਨੇ ਤੇ ਆ ਗਏ ਨੇ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਅਸਿੱਧੇ ਤਰੀਕੇ ਨਾਲ 1560 ਵਰਗ ਗਜ ਦੇ ਦੋ ਪਲਾਟ ਦੇਣ ਦੇ ਵਿੱਚ ਭੂਮਿਕਾ ਨਿਭਾਈ ਹੈ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਵੇਲੇ ਬਠਿੰਡਾ ਦੇ ਅਰਬਨ ਸਟੇਟ ਵਿੱਚ ਦੋ ਰਹਾਇਸ਼ੀ ਪਲਾਟ ਰਾਜੀਵ ਕੁਮਾਰ ਤੇ ਵਿਕਾਸ ਕੁਮਾਰ ਤੋਂ ਖਰੀਦੇ ਸਨ ਤੇ ਇਹਨਾਂ ਪਲਾਟਾਂ ਨੂੰ ਬਠਿੰਡਾ ਵਿਕਾਸ ਅਥਾਰਟੀ ਤੋਂ ਖਰੀਦਣ ਲਈ ਵਿਕਾਸ ਤੇ ਰਾਜੀਵ ਨੇ 27 ਸਤੰਬਰ 2021 ਨੂੰ ਆਨਲਾਈਨ ਬੋਲੀ ਦਿੱਤੀ ਸੀ ਬੋਲੀ ਚਮਨਦੀਪ ਨਾਂ ਦੇ ਤੀਜੀ ਵਿਅਕਤੀ ਦੇ ਵੀ ਸ਼ਮੂਲਿਤ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਬੋਲੀਕਾਰਾਂ ਨੇ ਇੱਕੋ ਤੇ ਵਿਕਾਸ ਦੇ ਬੋਲੀ ਵਿੱਚ ਸ਼ਮੂਲੀਤ ਲਈ ਐਡਵਾਂਸ ਰਾਸ਼ੀ ਦੇ ਚਲਾਨ ਵੀ ਇੱਕੋ ਸੀਰੀਅਲ ਨੰਬਰ ਵਾਲੇ ਸਨ ਦੋਵਾਂ ਦੇ ਇਸਟਾਮਪ ਵੀ ਇੱਕੋ ਸੀਰੀਅਲ ਨੰਬਰ ਵਾਲੇ ਤੇ ਦੋਵਾਂ ਦੇ ਗਵਾਹ ਵੀ ਇੱਕੋ ਹੀ ਸਨ ਫਿਰ ਬੋਲੀ ਫਾਈਨਲ ਹੋਣ ਤੋਂ ਬਾਅਦ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 30 ਸਤੰਬਰ 2021 ਨੂੰ ਰਾਜੀਵ ਅਤੇ ਵਿਕਾਸ ਤੋਂ ਦੋਵੇਂ ਪਲਾਂਟ ਖਰੀਦਣ ਦਾ ਐਗਰੀਮੈਂਟ ਕਰ ਲਿਆ 4 ਅਕਤੂਬਰ ਨੂੰ ਦੋਵਾਂ ਦੇ ਖਾਤਿਆਂ 'ਚ ਕਰੀਬ 1 ਕਰੋੜ ਦੀ ਰਾਸ਼ੀ ਵੀ ਟਰਾਂਸਫਰ ਕਰ ਦਿੱਤੀ ਰਾਸ਼ੀ ਮਿਲਣ ਤੋਂ ਬਾਅਦ 5 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੇ ਬਠਿੰਡਾ ਵਿਕਾਸ ਅਥਾਰਟੀ ਕੋਲ ਪਹਿਲੀ ਕਿਸ਼ਤ ਦੀ 25% ਦੀ ਰਾਸ਼ੀ ਜਮ੍ਹਾਂ ਕਰਾ ਦਿੱਤੀ। ਬਿਜ਼ਨਸ ਸਰਕਾਰੀ ਦਾ ਕਹਿਣਾ ਹੈ ਕਿ ਮਨਪ੍ਰੀਤ ਵੱਲੋਂ ਟਰਾਂਸਫਰ ਕੀਤੀ ਰਾਸ਼ੀ ਹੀ ਅੱਗੇ ਵਿਕਾਸ ਤੇ ਰਾਜੀਵ ਨੇ ਬਠਿੰਡਾ ਵਿਕਾਸ ਅਥਾਰਟੀ ਕੋਲ ਜਮ੍ਹਾਂ ਕਰਾਈ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਭ ਕੁਝ ਮਿਲਮਿਲਾ ਕੇ ਚੱਲ ਰਿਹਾ ਸੀ। ਰਾਜੀਵ ਤੇ ਵਿਕਾਸ ਦੇ ਖਾਤਿਆਂ 'ਚ ਅੱਗੇ ਪਿੱਛੇ ਕੋਈ ਪੈਸਾ ਨਹੀਂ ਆਇਆ ਸੀ। ਬਠਿੰਡਾ ਵਿਕਾਸ ਅਥਾਰਟੀ ਨੇ 8 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੂੰ ਦੋਵਾਂ ਪਲਾਟਾਂ ਦਾ ਅਥਾਰਟੀ ਲੈਟਰ ਜਾਰੀ ਕੀਤਾ ਜਦਕਿ ਮਨਪ੍ਰੀਤ ਸਿੰਘ ਬਾਦਲ ਨੇ ਇਨਾਂ ਦੇ ਪਲਾਟਾਂ ਦਾ ਮਾਲਕ ਬਣ ਤੋਂ ਪਹਿਲਾਂ ਹੀ ਐਗਰੀਮੈਂਟ ਕਰ ਲਿਆ ਸੀ ਐਗਰੀਮੈਂਟ 30 ਸਤੰਬਰ ਨੂੰ ਹੋਇਆ ਜਦਕਿ ਦੋਵੇਂ ਜਣੇ 8 ਅਕਤੂਬਰ ਨੂੰ ਪਲਾਟਾਂ ਦੇ ਮਾਲਕ ਬਣੇ ਤੇ ਦਿਲਚਸਪ ਤੱਥ ਇੱਕ ਹੋਰ ਵੀ ਹੈ ਕਿ ਬੀਡੀਏ ਤੋਂ ਆਨਲਾਈਨ ਬੋਲੀ ਜ਼ਰੀਏ ਪਲਾਟ ਲੈਣ ਵਾਲੇ ਰਾਜੀਵ ਤੇ ਵਿਕਾਸ 8 ਅਕਤੂਬਰ ਨੂੰ ਖੁਦ ਮਾਲਕ ਬਣਦੇ ਨੇ ਤੇ ਹਫ਼ਤੇ ਬਾਅਦ ਹੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 15 ਅਕਤੂਬਰ 2021 ਨੂੰ ਬਠਿੰਡਾ ਵਿੱਚ ਮਨਪ੍ਰੀਤ ਬਾਦਲ ਦੀ ਨਵੀਂ ਰਿਹਾਇਸ਼ ਦੀ ਨੀਂਹ ਵਿੱਚ ਇੱਟ ਰੱਖ ਕੇ ਉਹਦਾ ਮਹੂਰਤ ਵੀ ਕਰ ਦਿੰਦੇ ਨੇ ਸੋ ਵਿਜੀਲੈਂਸ ਇਸ ਪੂਰੇ ਕੇਸ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਮਨਪ੍ਰੀਤ ਬਾਦਲ ਦੇ ਖਿਲਾਫ ਵਿਜੀਲੈਂਸ ਦੇ ਵੱਲੋਂ ਹੁਣ ਅੱਗੇ ਦੀ ਕਾਰਵਾਈ ਕੀ ਕੀਤੀ ਜਾਵੇਗੀ ਹਾਲਾਂਕਿ ਇਸ ਵਕਤ ਪੰਜਾਬ ਦੇ ਵਿੱਚ ਤਾਂ ਉਹ ਨਹੀਂ ਹਨ ਪਰ ਇਸ ਕੇਸ ਨੂੰ ਲੈ ਕੇ ਵਾਰੀ-ਵਾਰੀ ਕਹਿ ਚੁੱਕੇ ਨੇ ਕਿ ਮੈਂ ਜਾਂਚ ਦਾ ਸਾਹਮਣਾ ਪੂਰੀ ਤਰ੍ਹਾਂ ਦੇ ਨਾਲ ਕਰਨ ਲਈ ਤਿਆਰ ਹਾਂ ਮੈਂ ਕੋਈ ਗੜਬੜ ਕੀਤੀ ਹੀ ਨਹੀਂ ਤੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਮਨਪ੍ਰਿਤ ਬਾਦਲ ਦੇ ਸਾਬਕਾ ਸਿਆਸੀ ਸਾਥੀ ਹਨ ਤੇ ਭਗਵੰਤ ਮਾਨ ਨੇ ਪਹਿਲੀ ਸਿਆਸੀ ਪਾਰੀ ਮਨਪ੍ਰਿਤ ਬਾਦਲ ਦੇ ਨਾਲ ਹੀ ਰਲ ਕੇ ਖੇਡੀ ਸੀ ਤੇ ਪਿਛਲੇ ਦਿਨੀ ਦੋਵਾਂ ਦੇ ਵਿੱਚ ਸ਼ਬਦੀ ਜੰਗ ਚੱਲਦੀ ਰਹੀ ਹੈ ਇਹ ਤਾਂ ਸੀ ਸਿਆਸੀ ਲੀਡਰ ਮਨਪ੍ਰੀਤ ਸਿੰਘ ਬਾਦਲ ਦੀ ਜਾਇਦਾਦ ਦੀ ਇੱਕ ਗੱਲ ਹੁਣ ਤੁਹਾਨੂੰ ਸੁਣਾਉਂਦਿਆਂ ਉਸ ਪਟਵਾਰੀ ਦਾ ਕਿੱਸਾ ਜਿਸ ਦਾ ਨਾਮ ਮਰਬਿਆਂ ਚ ਬੋਲਦਾ 21 ਸਾਲ ਦੀ ਨੌਕਰੀ ਚ 4 ਕਰੋੜ ਦੀ ਜਾਇਦਾਦ ਬਣਾ ਕੇ ਪਟਵਾਰੀ ਸਾਹਿਬ ਨੇ ਵਿਜੀਲੈਂਸ ਨੂੰ ਵੀ ਅਚੰਭੇ ਚ ਪਾ ਦਿੱਤਾ ਵਿਜੀਲੈਂਸ ਰੇਂਜ ਸੰਗਰੂਰ ਨੇ ਇਸ ਪਟਵਾਰੀ ਦੇ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਬਣਾਈ ਜਾਇਦਾਦ ਦੀ ਜਾਂਚ ਕੀਤੀ ਤਾਂ ਨਵੇਂ ਤੱਥ ਉੱਭਰ ਕੇ ਸਾਹਮਣੇ ਆਏ ਨੇ ਹਲਕਾ ਖਨੌਰੀ ਵਿੱਚ ਤਾਇਨਾਤ ਰਹੇ ਪਟਵਾਰੀ ਬਲਕਾਰ ਸਿੰਘ ਦੀ ਜਾਇਦਾਦ ਛੜੱਪੇ ਮਾਰ ਕੇ ਕਹਿੰਦੇ ਵਧੀਆ ਮਾਲ ਮਹਿਕਮੇ ਦੇ ਵਿੱਚ 12 ਦਸੰਬਰ 2002 ਨੂੰ ਬਲਕਾਰ ਸਿੰਘ ਭਰਤੀ ਹੋਏ ਸਨ 21 ਸਾਲਾਂ ਦੇ ਵਿੱਚ ਆਪਣੇ ਆਪਣੀ ਪਤਨੀ ਦੇ ਨਾਮ ਤੇ ਆਪਣੀ ਮਾਤਾ ਦੇ ਨਾਮ ਤੇ ਪਟਵਾਰੀ ਸਾਹਿਬ ਨੇ 4 ਕਰੋੜ ਦੀ ਪ੍ਰਾਪਰਟੀ ਬਣਾਈ ਹੈ ਜਿਸ ਦੀ ਮਾਰਕੀਟ ਵੈਲਿਊ ਕਿਤੇ ਜ਼ਿਆਦਾ ਹੋ ਸਕਦੀ ਹੈ ਯਾਨੀ ਕਿ ਇਹ ਪੇਪਰਾਂ ਦੇ ਵਿੱਚ ਤਾਂ 4 ਕਰੋੜ ਹੈ ਪਰ ਇਸਦੀ ਮਾਰਕੀਟ ਕੀਮਤ ਹੈ ਜਿਹੜੀ ਉਹ ਪਤਾ ਨਹੀਂ ਕਿੰਨੀ ਖ ਹੋ ਸਕਦੀ ਹੈ ਦਰਅਸਲ ਵਿਜੀਲੈਂਸ ਨੇ ਖਾਨਗੀ ਵਸੀਅਤ ਦੇ 2018 ਦੇ ਇੱਕ ਪੁਰਾਣੇ ਕੇਸ ਵਿੱਚ ਬਲਕਾਰ ਸਿੰਘ ਪਟਵਾਰੀ ਤੇ ਫੀਲਡ ਕਾਨੂੰਗੋ ਦਰਸ਼ਨ ਸਿੰਘ ਨੂੰ 23 ਅਗਸਤ ਨੂੰ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ ਇਸ ਕੇਸ ਦੇ ਵਿੱਚ ਕੁਝ ਤਕਨੀਕੀ ਨੁਕਤੇ ਨੂੰ ਲੈ ਕੇ ਸਾਰੇ ਪੰਜਾਬ ਦੇ ਪਟਵਾਰੀਆਂ ਨੇ ਰੋਸ ਵਜੋਂ 1 ਸਤੰਬਰ ਤੋਂ ਕਲਮ ਛੱਡੋ ਹੜਤਾਲ ਦਾ ਐਲਾਨ ਕੀਤਾ ਸੀ ਹਾਲਾਂਕਿ ਹੁਣ ਪਟਵਾਰੀਆਂ ਤੇ ਕਾਨੂੰਗੋਆ ਨੇ ਆਪਣੀ ਹੜਤਾਲ ਦਾ ਜਿਹੜਾ ਮੁੱਦਾ ਹੈ ਉਸ ਨੂੰ ਬਦਲਿਆ ਹੋਇਆ ਪਟਵਾਰੀਆਂ ਦੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਉਹ ਆਪਣੀ ਹੜਤਾਲ ਕਰ ਰਹੇ ਨੇ ਦੂਜੇ ਪਾਸੇ ਵਿਜੀਲੈਂਸ ਨੇ ਪਟਵਾਰੀ ਬਲਕਾਰ ਸਿੰਘ ਦੀ ਆਮਦਨ ਦੇ ਵਸੀਲਿਆਂ ਦੀ ਜਾਂਚ ਰਿਪੋਰਟ ਤਿਆਰ ਕੀਤੀ ਹੈ ਪਤਾ ਲੱਗਿਆ ਕਿ ਬਲਕਾਰ ਸਿੰਘ ਨੇ ਆਪਣੀ ਸਰਵਿਸ ਦੌਰਾਨ ਖੇਤੀਬਾੜੀ ਵਾਲੀ 55 ਏਕੜ ਜ਼ਮੀਨ 21 ਵਰਿਆਂ ਦੇ ਵਿੱਚ ਖਰੀਦੀ ਹੈ ਇਸ ਤੋਂ ਇਲਾਵਾ ਪਟਿਆਲਾ ਦੀ ਨਿਊ ਅਫਸਰ ਕਲੋਨੀ ਚ 400 ਗਜ ਦਾ ਰਿਹਾਇਸ਼ੀ ਪਲਾਟ ਮਹਿੰਦਰਾ ਕੰਪਲੈਕਸ ਪਟਿਆਲਾ ਦੇ ਵਿੱਚ ਦੋ ਕਮਰਸ਼ੀਅਲ ਪਲਾਟਾਂ ਦੀ ਖਰੀਦ ਵੀ ਕੀਤੀ ਹੈ ਤੇ ਸਾਰੀ ਸੰਪਤੀ ਦੀ ਕੀਮਤ ਸਰਕਾਰੀ ਕੀਮਤ ਕਰੀਬ 4 ਕਰੋੜ ਬਣਦੀ ਹੈ ਪਟਵਾਰੀ ਨੇ ਆਪਣੀ ਸਰਵਿਸ ਦੌਰਾਨ 11 ਪਿੰਡਾਂ ਦੇ ਵਿੱਚ ਜ਼ਮੀਨ ਖਰੀਦੀ ਹੈ ਨੌਕਰੀ ਦੇ ਵਿੱਚ ਆਉਣ ਤੋਂ 3 ਸਾਲ ਬਾਅਦ ਹੀ ਪਹਿਲੀ ਖਰੀਦ 17 ਜੂਨ 2005 ਨੂੰ ਪਿੰਡ ਢੀਂਟਸਾ ਦੇ ਵਿੱਚ ਕੀਤੀ ਉਸ ਤੋਂ ਬਾਅਦ ਤਾਂ ਫਿਰ ਹੋਰ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਜ਼ਮੀਨ ਖਰੀਦੀ ਕੋਈ ਟਾਵਾਂ ਵਰਾ ਹੀ ਹੋਵੇਗਾ ਜਿਸ ਸਾਲ ਪਟਵਾਰੀ ਨੇ ਜ਼ਮੀਨ ਨਾ ਖਰੀਦੀ ਹੋਵੇ ਸੋ ਵਿਜੀਲੈਂਸ ਨੇ ਜਾਇਦਾਦਾਂ ਦੇ ਦੋ ਵੇਰਵੇ ਤਿਆਰ ਕੀਤੇ ਨੇ 33 ਰਜਿਸਟਰੀਆਂ ਦਾ ਵੇਰਵਾ ਵੱਖਰਾ ਤਿਆਰ ਕੀਤਾ ਜਿਨ੍ਹਾਂ ਦੇ ਵਸੀਕੇ ਪੜਤਾਲ ਦੌਰਾਨ ਹਾਸਲ ਹੋਏ ਨੇ ਤੋ ਪਟਵਾਰੀ ਸਾਹ ਬਾਰੇ ਇਹ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਦਾ ਜ਼ਿਕਰ ਕਰਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੜਤਾਲ ਤੇ ਜਾਣ ਦਾ ਐਲਾਨ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਖਤੀ ਨਾਲ ਪੇਸ਼ ਆਏ ਉਹ ਆਪਾਂ ਸਭ ਨੇ ਦੇਖਿਆ ਉਸ ਤੋਂ ਬਾਅਦ ਹੀ ਉਹਨਾਂ ਨੇ ਪਟਵਾਰੀਆਂ ਦੇ ਲਈ ਪਟਵਾਰੀ ਵਿਭਾਗ ਦੇ ਲਈ ਨਵੇਂ ਜਿਹੜੇ ਨਿਯਮ ਨੇ ਉਹ ਵੀ ਤੈਅ ਕੀਤੇ ਨੇ ਪੰਜਾਬ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦੇ ਤਹਿਤ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਚੁੱਕੇ ਨੇ ਸੂਬੇ ਦੇ ਖੇਡ ਮੈਦਾਨਾਂ ਦੇ ਵਿੱਚ ਖਿਡਾਰੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਨੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੀਰ ਨੇ ਦੱਸਿਆ ਕਿ ਖੇਡ ਵਿਭਾਗ ਦੇ ਵੱਲੋਂ ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਲਈ ਸੂਚਾਰੂ ਪ੍ਰਬੰਧਾਂ ਦੀ ਨਿਗਰਾਨੀ ਵਾਸਤੇ ਹਰ ਜ਼ਿਲ੍ਹੇ 'ਚ ਦੋ ਨੋਡਲ ਅਧਿਕਾਰੀ ਲਾਏ ਗਏ ਨੇ ਤਾਂ ਜੋ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੰਤਰੀ ਜੀ ਨੇ ਦੱਸਿਆ ਕਿ ਇਸ ਵੇਲੇ ਕਾਰਪੋਰੇਸ਼ਨ ਸ਼ਹਿਰਾਂ ਸമിതിਕ 57 ਬਲਾਕਾਂ 'ਚ 8 ਖੇਡਾਂ ਦੇ ਮੁ ਤੋ ਵੱਧ ਖਿਡਾਰੀ ਹਿੱਸਾ ਲੈ ਰਹੇ ਨੇ ਆਮ ਲੋਕਾਂ ਦੀ ਜਾਣਕਾਰੀ ਲਈ ਇੱਕ ਜ਼ਰੂਰੀ ਖਬਰ ਦੱਸ ਦਿੰਦੇ ਹਾਂ ਕਿ ਜੀ20 ਸਿਖਰ ਸੰਮੇਲਨ ਜਿਹੜਾ ਕਿ ਦਿੱਲੀ ਦੇ ਵਿੱਚ 9 ਤੇ 10 ਸਤੰਬਰ ਨੂੰ ਹੋਣ ਜਾ ਰਿਹਾ ਹੈ ਉਸ ਦੇ ਮੱਦੇਨਜ਼ਰ ਜਲੰਧਰ ਤੋਂ ਚੱਲਣ ਵਾਲੀਆਂ 8 ਰੇਲਾਂ ਰੱਦ ਕਰ ਦਿੱਤੀਆਂ ਗਈਆਂ ਨੇ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਕੀਤਾ ਗਿਆ ਹੈ ਰੇਲ ਮੰਤਰਾਲੇ ਦੀ ਜਾਣਕਾਰੀ ਦੇ ਮੁਤਾਬਕ 9 ਤੇ 10 ਸਤੰਬਰ 2 ਦਿਨ ਜਲੰਧਰ ਰੇਲਵੇ ਜੰਕਸ਼ਨ ਤੋਂ ਲੰਘਣ ਵਾਲੀਆਂ ਗੱਡੀਆਂ ਰੱਦ ਕੀਤੀਆਂ ਗਈਆਂ ਨੇ ਹਾਲਾਂਕਿ ਕਈ ਗੱਡੀਆਂ ਦੇ ਰੂਟ ਬਦਲੇ ਵੀ ਗਏ ਨੇ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਸਰਬੱਤ ਦਾ ਭਲਾ ਐਕਸਪ੍ਰੈਸ ਜਲੰਧਰ ਸਿਟੀ ਤੋਂ ਨਵੀਂ ਦਿੱਲੀ ਐਕਸਪ੍ਰੈਸ ਅਮ੍ਰਿਤਸਰ ਨਵੀਂ ਦਿੱਲੀ ਐਕਸਪ੍ਰੈਸ ਦਿੱਲੀ ਪਠਾਨਕੋਟ ਐਕਸਪ੍ਰੈਸ ਤੇ ਪਠਾਨਕੋਟ ਦਿੱਲੀ ਸੁਪਰ ਫਾਸਟ ਗੱਡੀਆਂ ਸ਼ਾਮਲ ਨੇ ਸੋ ਦੋ ਦਿਨਾਂ ਦੇ ਵਿੱਚ ਤੁਹਾਨੂੰ ਇਹਨਾਂ ਰੇਲਾਂ ਦੇ ਉੱਤੇ ਸਫ਼ਰ ਕਰਨ ਦਾ ਮੌਕਾ ਨਹੀਂ ਮਿਲੇਗਾ ਜਿਨ੍ਹਾਂ ਦਾ ਵੀ ਇਹਨਾਂ ਦੋ ਦਿਨਾਂ ਦੇ ਵਿੱਚ ਦਿੱਲੀ ਜਾਣ ਦਾ ਜਾਂ ਦਿੱਲੀ ਤੋਂ ਆਉਣ ਦਾ ਪ੍ਰੋਗਰਾਮ ਹੈ ਉਹ ਤਾਂ ਰੱਦ ਹੀ ਕਰ ਦੇਣ ਕਿਉਂਕਿ ਇਹਨਾਂ ਦੋ ਦਿਨਾਂ ਦੇ ਵਿੱਚ ਦਿੱਲੀ ਵਿੱਚ ਤਕਰੀਬਨ ਸਭ ਕੁਝ ਬੰਦ ਰਹੂਗਾ ਉਥੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਸਰਕਾਰੀ ਅਦਾਰੇ ਪ੍ਰਾਈਵੇਟ ਅਦਾਰੇ ਸਭ ਕੁਝ ਬੰਦ ਰਹੇਗਾ ਕਈ ਥਾਵਾਂ ਤੇ ਮੈਟਰੋ ਵੀ ਨਹੀਂ ਚੱਲੇਗੀ ਤੇ ਬਹੁਤ ਸਾਰੀਆਂ ਰੇਲ ਗੱਡੀਆਂ ਰੱਦ ਕੀਤੀਆਂ ਨੇ ਕਈਆਂ ਦੇ ਰੂਟ ਵੀ ਬਦਲੇ ਨੇ ਸੁਖੱਜਲ ਖੁਆਰੀ ਤੋਂ ਬਚਣ ਦੇ ਲਈ ਤਾਂ ਬਿਹਤਰ ਹੈ ਕਿ ਜੇ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਨਾ 2 ਦਿਨਾਂ ਦੇ ਵਿੱਚ ਦਿੱਲੀ ਤੋਂ ਆਉਣ ਜਾਂ ਫਿਰ ਦਿੱਲੀ ਨੂੰ ਜਾਣ ਦਾ ਪ੍ਰੋਗਰਾਮ ਨਾ ਹੀ ਬਣਾਇਓ 프리ਦਕੋਟ ਦੇ ਬਹੁਤ ਚਰਚਿਤ ਸੰਤ ਦਿਆਲ ਦਾਸ ਦੇ ਕਤਲ ਕੇਸ ਦੇ ਵਿੱਚ ਮੁੱਖ ਮਲਜ਼ਮ ਸੰਤ ਜਰਨੈਲ ਦਾਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ 4 ਸਾਲ ਪਹਿਲਾਂ ਕੋਟ ਸੁਖੀਆ ਪਿੰਡ ਦੇ ਡੇਰਾ ਹਰਕਾ ਦਾਸ ਦੇ ਮੁਖੀ ਸੰਤ ਦਿਆਲ ਦਾਸ ਨੂੰ ਖਤਮ ਕਰ ਦਿੱਤਾ ਗਿਆ ਸੀ ਤੇ ਲੁੜੀਨ ਦੇ ਮੁਲਜ਼ਮ ਸੰਤ ਜਰਨੈਲ ਦਾਸ ਨੂੰ ਜਿਸ ਦੀ ਉਮਰ 72 ਸਾਲ ਹੈ ਉਸਨੂੰ ਪੁਲਿਸ ਨੇ ਹੁਣ ਜਾ ਕੇ ਗ੍ਰਿਫਤਾਰ ਕੀਤਾ ਜਾਂ ਕਹਿ ਸਕਦੇ ਆ ਕਿ ਉਹ ਪੁਲਿਸ ਦੇ ਹੱਥ ਹੁਣ ਲੱਗਿਆ ਹੈ ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮ ਜਰਨੈਲ ਦਾਸ ਨੂੰ ਡਿਊਟੀ ਮੈਜਿਸਟਰੇਟ ਅਜੀਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹਾਲਾਂਕਿ ਪਹਿਲਾਂ ਇਸ ਕੇਸ ਦੇ ਵਿੱਚ ਡੀਆਜੀ ਫਰੀਦਕੋਟ ਨੇ ਜਰਨੈਲ ਦਾਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਬਾਅਦ ਵਿੱਚ ਅਦਾਲਤ ਨੇ ਜਰਨੈਲ ਦਾਸ ਨੂੰ ਕਸੂਰਵਾਰ ਮੰਨਦਿਆਂ ਇਸ ਕੇਸ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ ਜਰਨੈਲ ਦਾਸ ਨੇ ਆਪਣੀ ਗ੍ਰਿਫਤਾਰੀ ਤੇ ਰੋਕ ਲਾਉਣ ਲਈ ਪੰਜਾਬ ਦੇ ਰੈਣਾ ਹਾਈ ਕੋਰਟ 'ਚ ਪਟੀਸ਼ਨ ਵੀ ਪਾਈ ਰੱਦ ਕਰ ਦਿੱਤਾ ਸੀ ਤੇ ਹੁਣ ਆਖਿਰਕਾਰ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਸ ਕੇਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਰਿਸ਼ਵਤ ਦਿਵਾਉਣ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲਾ ਸੰਤ ਮਲਕੀਤ ਦਾਸ ਵੀ ਗ੍ਰਿਫਤਾਰ ਹੋ ਚੁੱਕਿਆ ਜਿਸ ਨੇ ਅਦਾਲਤ ਵਿੱਚ ਵਾਧਾ ਮਾਫ ਗਵਾਹ ਬਣਨ ਦੇ ਲਈ ਅਰਜ਼ੀ ਦਿੱਤੀ ਸੀ ਪਰ ਅਦਾਲਤ ਨੇ ਉਸਦੀ ਅਰਜ਼ੀ ਵੀ ਰੱਦ ਕਰ ਦਿੱਤੀ ਪਿਛਲੇ ਲੰਬੇ ਸਮੇਂ ਤੋਂ ਕੱਚੇ ਮਾਲ ਦੇ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਦੀ ਸਟੋਨ ਕ੍ਰਸ਼ਰ ਇੰਡਸਟਰੀ ਤੇ ਹੁਣ ਫਿਰ ਤੋਂ ਸੰਕਟ ਦੇ ਬਦਲ ਮੰਡਰਾਉਣ ਲੱਗੀ ਰਹੀ ਪੰਜਾਬ ਦੀਆਂ ਖੱਡਾਂ ਤੋਂ ਕੱਚਾ ਮਾਲ ਨਾ ਮਿਲਣ ਕਰਕੇ ਬਹੁਤ ਸਾਰੇ ਕ੍ਰਸ਼ਰ ਮਾਲਕ ਦੂਜੇ ਸੂਬਿਆਂ ਤੋਂ ਕੱਚਾ ਮਾਲ ਮੰਗਵਾ ਕੇ ਆਪਣੇ ਸਟੋਨ ਕ੍ਰਸ਼ਰ ਚਲਾ ਰਹੇ ਨੇ ਤੇ ਪੰਜਾਬ ਸਰਕਾਰ ਵੱਲੋਂ 12 ਆਉਂਦੇ ਕੱਚੇ ਮਾਲ ਤੇ 6 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰਕਮ ਵਸੂਲ ਕਰਕੇ ਕਨਫਰਮੇਸ਼ਨ ਸਲਿੱਪਾਂ ਜਾਰੀ ਕੀਤੀਆਂ ਜਾਂਦੀਆਂ ਨੇ ਇਹਨਾਂ ਸਲਿੱਪਾਂ ਦੀ ਵਰਤੋਂ ਸਟੋਨ ਕ੍ਰਸ਼ਰ ਮਾਲਕਾਂ ਦੇ ਵੱਲੋਂ ਮਹੀਨਾਵਾਰ ਰਿਟਰਨ ਭਰਨ ਵੇਲੇ ਕੱਚੇ ਮਾਲ ਦਾ ਸਰੂਤ ਦੱਸਣੀ ਕੱਟੇ ਜਾਣ ਦੀ ਕਾਰਵਾਈ ਨੂੰ ਗੈਰਵਾਜਬ ਦੱਸਦੇ ਹਾਂ ਤੇ ਸਲਿੱਪਾਂ ਦੇ ਜ਼ਰੀਏ ਕਰੋੜਾਂ ਰੁਪਏ ਦੀ ਕਪਲੇਬਾਜ਼ੀ ਦਾ ਸ਼ੰਕਾ ਜ਼ਾਹਿਰ ਕਰਦਿਆਂ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਬਚਿੱਤਰ ਸਿੰਘ ਚਟਾਣਾ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੇਸ ਤਾਇਰ ਕੀਤਾ ਸੀ ਤੇ ਅਦਾਲਤ ਨੇ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰਦਿਆਂ ਸੁਣਵਾਈ ਤਰੀਕ 4 ਸਤੰਬਰ ਮੁਕਰਰ ਕੀਤੀ ਸੀ ਯਾਨੀ ਕਿ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਲੁਧਿਆਣਾ ਪਹੁੰਚੇ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹੜ੍ਹਾਂ ਦਾ ਮੁਆਵਜ਼ਾ ਦੇਣ ਦੀ ਥਾਂ ਇਸ਼ਤਿਹਾਰਬਾਜ਼ੀ ਤੇ ਪੈਸੇ ਉਡਾਉਣ ਦਾ ਇਲਜ਼ਾਮ ਲਾਇਆ ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਗੈਰ ਜ਼ਿੰਮੇਵਾਰ ਤੇ ਝੂਠੇ ਵਾਅਦਿਆਂ ਵਾਲੀ ਸਰਕਾਰ ਕਰਾ ਦਿੰਦੇ ਮੰਗ ਕੀਤੀ ਕਿ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਸੱਤਾ 'ਚ ਰਹਿਣ ਦਾ ਇਸ ਸਰਕਾਰ ਨੂੰ ਕੋਈ ਹੱਕ ਨਹੀਂ ਹੈ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਹੜਾ ਕਰਕੇ ਕਹਿੰਦੇ ਲੋਕਾਂ ਦਾ 100000 ਕਰੋੜ ਦਾ مالی ਨੁਕਸਾਨ ਹੋਇਆ ਜਦ ਕਿ ਸਰਕਾਰ ਨੇ ਸਿਰਫ 186 ਕਰੋੜ ਹੀ ਜਾਰੀ ਕੀਤੇ ਨੇ ਇਸ ਨਾਲ ਹੀ ਸੁਖਬੀਰ ਬਾਦਲ ਨੇ ਪੰਚਾਇਤਾਂ ਭੰਗ ਕਰਕੇ ਫੈਸਲਾ ਵਾਪਸ ਲੈ ਜਾਣ ਦੇ ਮੁੱਦੇ ਤੇ ਮੁੱਖ ਮੰਤਰੀ ਤੋਂ ਜਨਤਕ ਮਾਫੀ ਦੀ ਵੀ ਮੰਗ ਕੀਤੀ ਹੈ ਆਪਣੀਆਂ ਨਕਾਮੀਆਂ ਲੁਕਾਉਣ ਤੇ ਲੱਗੇ ਐ ਤੇ ਹਰ ਫੈਸਲਾ ਅੱਜ ਕਰਦੇ ਐ ਅਗਲੇ ਦਿਨ ਵਾਪਸ ਲੈ ਲੈਂਦੇ ਐ ਐ ਜੇ ਮੈਂ ਤੁਹਾਨੂੰ 100 ਫੈਸਲੇ ਦੱਸ ਦੂੰਗਾ ਜਿਹੜੇ ਹਰ ਰੋਇ ਲੈਂਦੇ ਐ ਤੇ ਵਾਪਸ ਲੈ ਲੈਂਦੇ ਐ ਆ ਕਾਰਨ ਇਸ ਵਿੱਚ ਆ ਕਾਰਨ ਸਾਰਿਆਂ ਦਾ ਇਸ ਲਈ ਹੈ ਕੀ ਆ ਇੱਕ ਨਲਾਇਕ ਸਰਕਾਰ ਹੈ ਇਹਨਾਂ ਨੂੰ ਕੋਈ ਤਜਰਬਾ ਨਹੀਂ ਇਹਨਾਂ ਨੂੰ ਕੱਲਾ ਲੁੱਟਣ ਦਾ ਤਜਰਬਾ ਹੈ ਇਹ ਸਰਕਾਰ ਦਾ ਇੱਕੋ ਇੱਕ ਏਜੰਡਾ ਹੈ ਕਿ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਕੱਢੋ ਉਸ ਨੂੰ ਆਮ ਆਦਮੀ ਪਾਰਟੀ ਨੂੰ ਦੁਨੀਆ ਹਿੰਦੁਸਤਾਨ ਦੇ ਕੋਨੇ-ਕੋਨੇ ਚ ਜਿਤਾਉਣ ਵਾਸਤੇ ਲਾਓ 750 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਚੋਂ ਕੱਢ ਕੇ ਦੁਜੀ ਸੂਬਿਆਂ ਦੇ ਇਸ਼ਤਿਹਾਰ ਦੇ ਕੇ ਅਖਬਾਰਾਂ ਚ ਇਸ਼ਤਿਹਾਰ ਦੇ ਕੇ ਬੈਨਰ ਪੋਸਟਰ ਲਾ ਕੇ ਉੱਥੇ ਲਾਰੇ ਆ ਤੁਸੀਂ ਦੇਖ ਲਓ ਕਿੰਨੀ ਬੇਇਨਸਾਫੀ ਹੈ ਤਕਰੀਬਨ 10 ਹਜ਼ਾਰ ਕਰੋੜ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਹੋਇਆ ਹੈ ਗਰੀਬ ਦਾ ਹੋਇਆ ਆ ਹੜ੍ਹ ਕਰਕੇ ਕੱਲਾ ਮਾਲ ਦਾ ਦਿੱਤਾ ਹੈ 186 ਕਰੋੜ ਪਰ ਪਿਛਲੇ ਸਾਲ ਦੇ ਅੰਦਰ 750 ਕਰੋੜ ਕੱਲਾ ਇਸ਼ਤਿਹਾਰਾਂ ਤੇ ਲਾਇਆ ਹੈ ਨੋ ਕੇ ਇਖਤਿਆਰਾਂ ਦੇ ਜੇ ਆ 750 ਕਰੋੜ ਮੁਆਵਜ਼ੇ ਤੇ ਨਾ ਲਾਉਂਦੇ ਇਖਤਿਆਰ ਮੈਂ ਕਹਿੰਦਾ ਅੱਗੇ 3 ਸਾਲ ਵੀ ਨਾ ਲਾਉਣ 22 25 25 ਹਜ਼ਾਰ ਏਕੜ ਇਹ ਹਰ ਗਰੀਬ ਨੂੰ ਕਿਸਾਨ ਨੂੰ ਮਿਲ ਸਕਦਾ ਤੇ ਘਰ ਵੀ ਉਹਦੇ ਰਿਪੇਅਰ ਹੋ ਸਕਦੇ ਆ ਪਰ ਨਹੀਂ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਕਰਦੀ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਕਿ ਇਹਨਾਂ ਤੋਂ بچिए ਆ ਇੱਕ ਲੁਟੇਰੇ ਆ ਗਏ ਆਪਾਂ ਨੂੰ ਲੁੱਟਣ ਜਿੰਨੀ ਛੇਤੀ ਇਹਨਾਂ ਦਾ ਛੁਟਕਾਰਾ ਹੋਊਗਾ ਉਹ ਨੀਚੇ ਆਪਾਂ ਬਚਾਂਗੇ ਉਧਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰੀ ਫੇਰ ਇੱਕ ਮੁਲਕ ਇੱਕ ਚੋਣ ਤਜਵੀਜ਼ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿਆ ਕਿ ਹੈ ਕਿ ਲੋਕਾਂ ਨੂੰ ਇੱਕ ਦੇਸ਼ ਇੱਕ ਸਿੱਖਿਆ ਦੀ ਲੋੜ ਹੈ ਨਾ ਕਿ ਇੱਕ ਦੇਸ਼ ਇੱਕ ਚੋਣ ਦੀ ਦੋਵੇਂ ਵੱਡੇ ਲੀਡਰ ਕੱਲ ਹਰਿਆਣਾ ਦੇ ਭਵਾਨੀ ਦੇ ਅਨਾਜ ਮੰਡੀ ਦੇ ਵਿੱਚ ਆਪਣੀ ਪਾਰਟੀ ਦੇ ਨਵੇਂ ਅਹੁਦੇਦਾਰਾਂ ਦੇ ਸੋਹ ਚੁੱਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਨ ਅਰਵਿੰਦ ਕੇਜਰੀਵਾਲ ਨੇ ਇੱਥੇ ਵੀ ਐਲਾਨ ਕੀਤਾ ਕਿ ਜੇ ਆਪ ਦੀ ਸਰਕਾਰ ਹਰਿਆਣਾ ਦੇ ਵਿੱਚ ਬਣ ਗਈ ਤਾਂ ਦਿੱਲੀ ਤੇ ਪੰਜਾਬ ਦੀ ਤਰਜ਼ ਤੇ ਲੋਕਾਂ ਨੂੰ 24 ਘੰਟੇ ਮੁਫਤ ਬਿਜਲੀ ਸਪਲਾਈ ਦਿੱਤੀ ਜਾਏਗੀ ਬੱਚਿਆਂ ਨੂੰ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਦੇਖ ਰਹੇ ਹਾਂ ਅੰਕਲ ਸੇ ਇਹ ਭਾਜਪੀ ਵਾਲੋ ਨੇ ਨਿਆ ਸ਼ਗੂਫਾ ਛੋੜਾਇਆ ਵਨ ਨੇਸ਼ਨ ਵਨ ਇਲੈਕਸ਼ਨ ਵਨ ਨੇਸ਼ਨ ਅਰੇ हमको क्या मिलेगा वन इलेक्शन की 10 इलेक्शन की 12 इलेक्शन बताओ ਆਮ ਆਦਮੀ ਕੋ ਕੁਛ ਮਿਲੇਗਾ ਵਨ ਨੇਸ਼ਨ ਵਨ ਇਲੈਕਸ਼ਨ ਵਨ ਨੇਸ਼ਨ 100 ਇਲੈਕਸ਼ਨ ਵਨ ਨੇਸ਼ਨ 1000 ਇਲੈਕਸ਼ਨ हमको क्या मिला ਆਮ ਆਦਮੀ ਕੋ ਕੁਛ ਮਿਲਾ वन नेशन वन इलेक्शन वन नेशन वन एजुकेशन वन नेशन वन एजुकेशन सबको एक जैसी शिक्षा मिलनी चाहिए अमीर के बच्चे को भी अंबानी के बच्चे को अडानी के बच्चे को जैसी शिक्षा मिलती है वैसे मेरे किसान के और मजदूर के बच्चों को मिलनी चाहिए शिक्षा वन नेशन वन एजुकेशन होना चाहिए नीचे हम लोगों को वन नेशन वन इलेक्शन वन इलेक्शन तुम रखो हमारी बला से हजार इलेक्शन करा लो दो हजार इलेक्शन करा लो हमको क्या फर्क पड़ता है वन नेशन वन एजुकेशन वन नेशन वन इलाज सबको अच्छा इलाज मिलना चाहिए चाहे गरीब का आदमी हो चाहे अमीर आदमी हो अच्छे से अच्छा शानदार इलाज सबके सबको मिलना चाहिए मिलना चाहिए नहीं मिलना चाहिए हमारा तो फायदा तभी है जब वन नेशन वन एजुकेशन होगा हमारा तो फायदा तभी है जब वन नेशन वन इलाज होगा हमें वन नेशन वन इलेक्शन से क्या लेना देना तुम्हारे चोचले हैं ਤੁਮ ਰੱਖੋ ਆਪਣੇ ਘਰ ਆਪਣੇ ਚੂਚੇ ਮੈਂ ਹਾਲਾਂਕਿ ਪੰਜਾਬ ਦੇ ਵਿੱਚ ਆਪ ਸਰਕਾਰ ਦੇ 1.5 ਸਾਲ ਬੀਤਣ ਦੇ ਬਾਵਜੂਦ ਵੀ ਸਾਰੀਆਂ ਥਾਵਾਂ ਤੇ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਨਹੀਂ ਮਿਲੀ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਇੱਕੋ ਭਾਂਡੇ ਚ ਪਾਣੀ ਪੀਂਦੇ ਨੇ ਪਰ ਕੁਝ ਲੋਕਾਂ ਨੇ ਦੋਵੇਂ ਸੂਬਿਆਂ ਦੇ ਵਿੱਚ ਲਕੀਰ ਖਿੱਚੀ ਹੈ ਤੇ ਅਸੀਂ ਇਸ ਲਕੀਰ ਨੂੰ ਮਿਟਾਉਣ ਦੇ ਲਈ ਕੰਮ ਕਰ ਰਹੇ ਹਾਂ ਇੱਥੇ ਭਗਵੰਤ ਮਾਨ ਨੇ ਆਪਣੀ ਪੰਜਾਬ ਦੇ ਵਿੱਚ ਸਰਕਾਰ ਦਾ ਸਵਾ ਸਾਲ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ अरविंद केजरीवाल जी ने दिल्ली में बिजली फ्री की पंजाब में सरकार बनी वादा किया था 90 परसेंट के आसपास घरों को बिजली का बिल जीरो आता है भाई साहब पंजाब में जीरो बिजली का बिल ना रंजीत चौटाला आता है ना कोई एक्सियन आता है बिजली 24 घंटे आती है बिल नहीं आता है यह हमारी गारंटी है वहां पे गारंटी दी थी हमने ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਮਲਾ ਕਰਦਿਆਂ ਮੋੜਵਾ ਜਵਾਬ ਵੀ ਦਿੱਤਾ ਦਰਸਲ ਮਨੋਹਰ ਲਾਲ ਨੇ ਐਕਸ ਤੇ ਪੋਸਟ ਕੀਤਾ ਸੀ ਕਿ ਕਈ ਪਾਰਟੀਆਂ ਅਕਸਰ ਨਾਅਰੇ ਲਾਉਂਦੀਆਂ ਨੇ ਜਿਵੇਂ ਮੁਫਤ ਚ ਦਿਓ ਇਹ ਮੁਫਤ ਚ ਲਾਓ ਤੇ ਮੁਫਤ ਦੇਣ ਦੀ ਆਦਤ ਕਹਿੰਦੇ ਵਿਕਸਿਤ ਕਰਨ ਦੀ ਥਾਂ ਸਾਡੀ ਸਰਕਾਰ ਦੀ ਤਰਜੀਹ ਕੰਮ ਕਰਨ ਵਾਲੇ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਤੇ ਉਹਨਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੇ ਹੁਨਰ ਦਾ ਪਾਲਣ ਕਰਨਾ ਹੈ ਯਾਨੀ ਕਿ ਇਨਡਾਇਰੈਕਟਲੀ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਲਾਇਆ ਸੀ ਬਹੁਤ ਸੀ ਐਸੇ ਪਾਰਟੀਆਂ ਵੀ ਹੈ जो एक नारे लगाती है कि ये लो वो लो तो मुफ्त की आदत लगाने के बजाय हमारी प्राथमिकता है कि काम करने वाले व्यक्ति को काम के लिए जो उसकी आवश्यकता है वो पूरी की जाए केजरीवाल ने टिप्पणी का जवाब कहा की सा पार्टी हरियाणा के लोग अजह सहूलता देवेगी छेती लाभ पहुंचा शुरू करेगी और कल जब खट्टर साहब बोले एक पार्टी है जो आती है और कहती है ये फ्री दे देंगे वो फ्री दे देंगे फलाना फ्री दे देंगे मैं आपसे पूछना चाहता हूं कि अगर हम अपने देश के गरीब बच्चों को अच्छी शिक्षा फ्री में देते हैं तो कोई गुनाह करते हैं क्या अपने देश के बच्चों को अच्छी शिक्षा फ्री में दे के इससे बड़ा कोई राष्ट्र निर्माण का काम हो सकता है कोई काम नहीं हो सकता इससे बड़ा अगर हम अपने देश के लोगों को गरीब लोगों को उनके लिए अच्छे अस्पताल बनाते हैं उनके लिए अच्छे मोहल्ला क्लिनिक बनाते हैं उनका अच्छा इलाज कराते हैं उनको फ्री में दवा दारू का इंतजाम करते हैं तो बताओ कौन सा कोई पाप करते हैं क्या हम लोग कहते फ्री में देते हैं अरे तुम्हारी तरह खाते तो नहीं है घर तो नहीं भरते तुम्हारी तरह हम लोग पाप तो नहीं करते हम लोग तुम्हारी तरह श्रोमणी गुरुद्वारा प्रबंधक कमेटी के प्रधान एडवोकेट हरजिंदर सिंह धामी ने आर एस एस मुखी मोहन भागवत दे ਦੇਸ਼ ਦੇ ਹਰ ਵਿਅਕਤੀ ਨੂੰ Hindu ਦੱਸਣ ਵਾਲੇ ਬਿਆਨ ਦੀ ਸਖਤ ਨਿਖੇਧੀ ਕੀਤੀ ਹੈ ਪ੍ਰਧਾਨਤਾ ਮੀਨੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਪਛਾਣ ਨਿਰਾਲੀ ਹੈ ਇਸ ਦੀ ਮੌਲਿਕਤਾ ਤੇ ਵਿਲੱਖਣਤਾ ਨੂੰ ਇਹ ਨਿਰਾਲੀ ਪਛਾਣ ਦਰਸਾਉਂਦੀ ਹੈ ਕਿਸੇ ਵੀ ਤਰੀਕੇ ਦੇ ਨਾਲ ਸਿੱਖ Hindu ਧਰਮ ਦਾ ਹਿੱਸਾ ਨਹੀਂ ਹੋ ਸਕਦੇ ਹਿੰਦੂ ਨਹੀਂ ਹੋ ਸਕਦੇ ਜਗਰਾਉਂ ਦੇ ਪਿੰਡ ਗੁਰੂ ਸਰ ਕੌਂਕੇ ਦੇ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ 6ਵੀਂ ਦੇ ਨਵੇਂ ਦਰਬਾਰ ਹਾਲ ਦਾ ਉਦਘਾਟਨ ਕਰਨ ਪਹੁੰਚੇ ਐਡਵੋਕੇਟ ਧਾਮਿਨੇ ਕਿਹਾ ਕਿ ਆਰਐਸਐਸ ਲੀਡਰ ਆਏ ਦਿਨ ਆਪਣੇ ਮਨੁਤਰਵਾਸਾ ਦੇਣ ਲਈ ਭਾਰਤ 'ਚ ਰਹਿਣ ਵਾਲੇ ਹਰ ਵਿਅਕਤੀ ਨੂੰ ਹਿੰਦੂ ਹੋਣ ਦਾ ਬਿਆਨ ਦੇ ਦਿੰਦੇ ਨੇ ਤੇ ਭਾਰਤ ਨੂੰ ਹਿੰਦੂ ਰਾਸ਼ਟਰ ਦੱਸਦੇ ਨੇ ਲੱਗਦਾ ਹੈ ਸੁਪਨਿਆਂ ਦੇ ਵਿੱਚ ਰਹਿੰਦੇ ਨੇ ਕਹਿੰਦੇ ਜਿਹਾ ਕਹਿਣ ਵਾਲੇ ਲੋਕਾਂ ਨੂੰ ਇੱਕ ਵਾਰੀ ਭਾਰਤ ਤੇ ਖਾਸ ਕਰਕੇ ਸਿੱਖਾਂ ਦਾ ਇਤਿਹਾਸ ਜ਼ਰੂਰ ਪੜ੍ਹ ਲੈਣਾ ਚਾਹੀਦਾ ਉਨਾ ਕਹਿਆ ਕਿ ਸਿੱਖਾਂ ਦਾ ਆਪਣਾ ਵਿਲੱਖਣ ਖਾਸਾ ਹੈ ਜਿਸ ਨੂੰ ਕੋਈ ਵੀ ਰਲਗੱਡ ਨਹੀਂ ਕਰ ਸਕਦਾ ਤੇ ਭਾਰਤ ਕਿਸੇ ਇੱਕ ਧਰਮ ਦਾ ਮੁਲਕ ਨਹੀਂ ਹੈ ਉਹਨਾਂ ਆਰਐਸਐਸ ਮੁਖੀ ਨੂੰ ਵਿਵਾਦਿਤ ਬਿਆਨ ਦੇਣ ਤੋਂ ਵਰਜਿਆ ਹੈ ਐਸਜੀਪੀਸੀ ਦੇ ਨਾਲ ਜੁੜੀ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਨੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਰਾਮਦਾਸ ਲੰਗਰ ਦੇ ਵਿੱਚ ਸੁੱਕੇ ਪ੍ਰਸ਼ਾਦਿਆਂ ਦੇ ਵਿੱਚ ਘੁਟਾਲਾ ਮਾਮਲੇ 'ਚ ਮੁਅਤਲ ਕੀਤੀ ਕਰਮਚਾਰੀਆਂ ਵਿੱਚੋਂ ਕੁਝ ਨੂੰ ਰਾਹਤ ਮਿਲ ਸਕਦੀ ਹੈ ਕੱਲ ਨੂੰ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਇਹ ਮੁੱਦਾ ਵਿਚਾਰਿਆ ਜਾ ਸਕਦਾ ਹੈ ਦਰਅਸਲ ਜਦੋਂ ਘੁਟਾਲਾ ਸਾਹਮਣੇ ਆਇਆ ਸੀ ਲੰਗਰ ਦੇ ਸੁੱਕੇ ਪ੍ਰਸ਼ਾਦਿਆਂ ਦੇ ਵਿੱਚ ਪੰਜਾਬ ਜੀ ਵੀ ਸੀ ਪ੍ਰਧਾਨ ਐਡਵੋਕੇਟ ਤਾਮੀਨੇ 50 ਤੋਂ ਵੱਧ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਕਈ ਮੈਨੇਜਰ ਇਨਸਪੈਕਟਰ ਤੇ ਸਟੋਰ ਕੀਪਰ ਸ਼ਾਮਲ ਸਨ ਲਗਭਗ 1 ਕਰੋੜ ਦੇ ਘੁਟਾਲੇ ਦਾ ਇਹ ਮਾਮਲਾ ਹੈ ਉਸ ਤੋਂ ਬਾਅਦ ਹਾਲਾਂਕਿ ਕਈਆਂ ਨੂੰ ਬਹਾਲ ਵੀ ਕਰ ਦਿੱਤਾ ਗਿਆ ਹੈ ਪਰ ਜਾਂਚ ਲਗਾਤਾਰ ਚੱਲ ਰਹੀ ਹੈ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਵੱਲੋਂ 2 ਅਕਤੂਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦਿੱਤੇ ਜਾਣਗੇ ਇਹ ਫੈਸਲਾ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਜੈ ਸਿੰਘ ਛੱਬਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਯੂਨੀਅਨ ਦੇ ਵੱਲੋਂ ਕੌਮੀ ਪ੍ਰੈਸ ਦਿਵਸ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ 'ਚ ਮਨਾਉਣ ਦਾ ਫੈਸਲਾ ਵੀ ਲਿਆ ਗਿਆ ਹੈ ਪੱਤਰਕਾਰਾਂ ਨੇ ਦੋਸ਼ ਲਾਇਆ ਕਿ ਕੋਈ ਵੀ ਸਰਕਾਰ ਚਾਹੇ ਉਹ ਭਾਰਤ ਦੀ ਹੈ ਜਾਂ ਫਿਰ ਪੰਜਾਬ ਦੀ ਪੰਜਾਬ ਦੀਆਂ ਵੀ ਤਿੰਨ ਤਰ੍ਹਾਂ ਦੀਆਂ ਸਰਕਾਰਾਂ ਬਦਲ ਗਈਆਂ ਨੇ ਪਰ ਕਿਸੇ ਨੇ ਵੀ ਪੱਤਰਕਾਰਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਨਹੀਂ ਕੀਤੀ। ਕੇਂਦਰ ਨੇ ਹਾਲੇ ਤੱਕ ਕੋਰੋਨਾ ਦੌਰਾਨ ਮਾਰੇ ਗਏ 750 ਦੇ ਕਰੀਬ ਪੱਤਰਕਾਰਾਂ ਨੂੰ ਕੋਰੋਨਾ ਯੋਧੇ ਵਾਲੀਆਂ ਸਹੂਲਤਾਂ ਨਹੀਂ ਦਿੱਤੀਆਂ ਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਅਣਗੌਲੀਆਂ ਪਈਆਂ ਨੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸ਼੍ਰੀ ਅਨੰਦਪੁਰ ਸਾਹਿਬ ਚਪੰਦੇ ਪਿੰਡ ਗੰਭੀਰਪੁਰ ਦੇ ਨੇੜੇ ਅਧਿਆਪਕਾਂ ਤੇ ਪ੍ਰੋਫੈਸਰਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਹੈ। 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਲਾਇਆ ਉਹ ਅੱਜ 5ਵੇਂ ਦਿਨ ਦੇ ਵਿੱਚ ਪਹੁੰਚ ਗਿਆ ਹੈ। ਕੱਲ੍ਹ ਪ੍ਰੋਫੈਸਰਾਂ ਦੇ ਧਰਨੇ ਦੀ ਹਮਾਇਤ ਦੇ ਵਿੱਚ ਆਊਟਸੋਰਸ ਅਧਿਆਪਕ ਵੀ ਪਿੰਡ ਗੰਭੀਰਪੁਰ ਪਹੁੰਚੇ ਅਤੇ ਧਰਨੇ ਦੀ ਹਮਾਇਤ ਕੀਤੀ। ਹਾਲਾਂਕਿ ਅਧਿਆਪਕਾਂ ਦਾ ਰੂਹ ਵੇਖਦਿਆਂ ਮੌਕੇ ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹਨਾਂ ਸਾਰਿਆਂ ਨੂੰ ਪੈਨਲ ਮੀਟਿੰਗ ਦਾ ਪ੍ਰੋਸਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੇ ਵਿਰੁੱਧ ਬੋਲੀਆਂ ਪਾ ਕੇ ਵੱਖਰੇ ਤਰੀਕੇ ਨਾਲ ਰੋਸ ਮੁਜ਼ਾਰਾ ਕੀਤਾ ਅਤੇ ਇੱਕ ਵਾਰੀ ਫਿਰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਹਨਾਂ ਨੂੰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਸਟੇਸ਼ਨ ਨੌਕਰੀ ਲਈ ਅਲਾਟ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹਨਾਂ ਦਾ ਧਰਨਾ ਜਾਰੀ ਰਹੂਗਾ ਤੇ ਅਨੰਦਪੁਰ ਸਾਹਿਬ ਦੇ ਵਿੱਚ ਕੱਲ ਇੱਕ ਹੋਰ ਵੱਡੀ ਰੈਲੀ ਦੇਖਣ ਨੂੰ ਮਿਲੀ ਇਹ ਰੈਲੀ ਮਿੱਡੇ ਮੀਲ ਕੁੱਕ ਵਰਕਰਾਂ ਦੇ ਵੱਲੋਂ ਕੀਤੀ ਗਈ ਪੂਰੇ ਪੰਜਾਬ ਦੀਆਂ ਮਿੱਡੇ ਮੀਲ ਵਰਕਰਾਂ ਕੱਲ ਅਨੰਦਪੁਰ ਸਾਹਿਬ ਪਹੁੰਚੀਆਂ ਅਤੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਦੇ ਬਾਹਰਵਾਰ ਹੀ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਕੱਢ ਕੇ ਮੁਜ਼ਾਰਾ ਕੀਤਾ ਇਨਾਂ ਦੀ ਵੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ 16 ਸਤੰਬਰ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਹਾਲਾਂਕਿ ਇਹਨਾਂ ਨੇ ਤਹਿਸੀਲਦਾਰ ਰਾਹੀਂ ਸਿੱਖਿਆ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਵੀ ਭੇਜਿਆ ਹੈ ਕੁੱਕ ਵਰਕਰਾਂ ਤੇ ਛੁੱਟੀਆਂ ਲੈਣ ਦੇ ਨਿਯਮ ਲਾਗੂ ਕਰਨ ਵਰਕਰਾਂ ਦਾ ਈਪੀਐਫ ਅਤੇ ਐਈਐਸਆਈ ਕਟਣ ਬੱਚਿਆਂ ਦੀ ਗਿਣਤੀ ਘਟਣ ਕਾਰਨ ਕੁੱਕ ਵਰਕਰਾਂ ਦੀ ਛਾਂਟੀ ਨਾ ਕਰਨ ਕੁੱਕ ਵਰਕਰ ਦੀ ਮੌਤ ਹੋਣ ਤੇ ਉਸਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਤੇ 8ਵੀਂ ਪਾਸ ਵਰਕਰਾਂ ਨੂੰ ਦਰਜਾ ਚਾਰ ਦੀਆਂ ਖਾਲੀ ਪਈਆਂ ਪੋਸਟਾਂ ਤੇ ਨਿਯੁਕਤ ਕਰਨ ਦੀ ਮੰਗ ਕੀਤੀ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪਿੰਡੂ ਜਲ ਸਪਲਾਈ ਕਾਮਿਆਂ ਨੇ ਵੀ ਅੱਜ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਾਇਸ਼ ਦੇ ਮੂਹਰੇ ਦਰਨਾ ਦੇਣਾ ਸੀ ਪਰ ਪੈਨਲ ਮੀਟਿੰਗ ਦਾ ਭਰੋਸਾ ਮਿਲਣ ਤੋਂ ਬਾਅਦ ਇਹ ਦਰਨਾ ਮੁਲਤਵੀ ਕਰ ਦਿੱਤਾ ਗਿਆ ਕੱਲ ਦੀ ਸੰਗਰੂਰ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਅਧਿਆਪਕਾਂ ਨੇ ਰੋਸ ਮੁਜ਼ਾਹਰਾ ਕੀਤਾ ਪੁਲਿਸ ਦੇ ਨਾਲ ਖਿੱਚਤੂ ਹੋਈ ਅਧਿਆਪਕਾਂ ਨੇ ਪੁਲਿਸ ਦੇ ਲਾਏ ਬੈਰੀਕੇਡ ਜਦੋਂ ਉਖਾੜ ਦਿੱਤੇ ਤਾਂ ਪੁਲਿਸ ਨੇ ਵੀ ਹਲਕਾ ਲਾਠੀ ਚਾਰਜ ਕੀਤਾ ਕਈ ਅਧਿਆਪਕਾਂ ਦੀਆਂ ਦਸਤਾਰਾਂ ਉਤਰ ਗਈਆਂ ਤੇ ਪੁਲਿਸ ਨਾਲ ਝੜਪ ਤੋਂ ਬਾਅਦ ਰੋਹ ਚਾਈਆਂ ਦੋ ਮਹਿਲਾ ਅਧਿਆਪਕਾਂ ਨੇ ਆਪਣੇ ਆਪ ਤੇ ਪੈਟਰੋਲ ਛਿੜਕ ਲਿਆ ਪਰ ਹੋਰ ਅਧਿਆਪਕਾਂ ਨੇ ਕਿਸੇ ਵੀ ਅਣਹੋਣੀ ਤੋਂ ਬਚਾ ਲਿਆ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਪ੍ਰਦਰਸ਼ਨ ਕਰਨ ਵਾਲੇ ਇਹ 87 36 ਕੱਚੇ ਅਧਿਆਪਕ ਯੂਨੀਅਨ ਦੇ ਮੈਂਬਰ ਸਨ ਇਹਨਾਂ ਦੀ ਮੰਗ ਹੈ ਕਿ ਕੱਚੇ ਅਧਿਆਪਕਾਂ ਨੂੰ ਤਨਖਾਹ ਸਕੇਲ ਦੇ ਕੇ ਰੈਗੂਲਰ ਕੀਤਾ ਜਾਵੇ ਅਤੇ ਹੋਰ ਮੰਗਾਂ ਵੀ ਮੰਨੀਆਂ ਜਾਣ ਸੂਬੇ ਦੇ ਵਿੱਚ ਕਾਰ ਦੀ ਚੋਰੀ ਨੂੰ ਰੋਕਣ ਲਈ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਯਾਨਕਿ ਸਿਪੂ ਨੇ ਸੰਗਰੂਰ ਦੇ ਖਨੌਰੀ ਵਿੱਚ ਛਾਪਾ ਮਾਰਿਆ ਇਸ ਦੌਰਾਨ ਈ-ਵੇ ਬਿੱਲ ਅਤੇ ਹੋਰ ਲੁਰੀ ਕਿ ਲੋਹਾ ਸਕ੍ਰੈਪ ਦੇ ਨਾਲ ਭਰੀਆਂ 17 ਗੱਡੀਆਂ ਜ਼ਬਤ ਕੀਤੀਆਂ। ਹੁਣ ਜਾਂਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਜੁਰਮਾਨਾ ਵੀ ਵਸੂਲਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਟੈਕਸ ਚੋਰੀ ਰੋਕਣ ਦੇ ਲਈ ਜਾਂਚ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਦਰਮਿਆਨ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਦੱਸਿਆ ਕਿ ਹੁਣ ਤੱਕ 873 ਵਾਹਨਾਂ ਨੂੰ 15 ਕਰੋੜ 37 ਲੱਖ ਦਾ ਜੁਰਮਾਨਾ ਕਰ ਦਿੱਤਾ ਗਿਆ ਜਿਹੜੇ ਕਿ ਟੈਕਸ ਚੋਰੀ ਕਰ ਰਹੇ ਸਨ। ਕੱਲ ਵਾਪਰੇ ਵੱਡੇ ਹਾਦਸਿਆਂ ਦੀ ਗੱਲ ਵੀ ਕਰ ਲੈਨੇ ਆ ਗੁਰਾਇਆਂ ਤੋਂ ਖਬਰ ਹੈ ਜਿੱਥੇ ਕੌਮੀ ਮਾਰਗ ਤੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਗੱਡੀਆਂ ਸੜ ਕੇ ਸਵਾਹ ਹੋ ਗਈਆਂ ਹਾਦਸਾ ਉਸ ਵਕਤ ਵਾਪਰਿਆ ਜਦੋਂ ਸੜਕ ਤੇ ਇੱਕ ਖਰਾਬ ਖੜੀ ਮਹਿੰਦਰਾ ਪਿਕਅਪ ਜੀਪ 'ਚ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਇਸ ਦੌਰਾਨ ਟਰੱਕ ਘੁੰਮ ਕੇ ਨੇੜੇ ਤੋਂ ਲੰਘ ਰਹੀ ਇੱਕ ਕਾਰ 'ਚ ਜਾ ਕੇ ਵੱਜਿਆ ਸਮਝ ਸਕਦੇ ਹਾਂ ਕਿ ਟਰੱਕ ਦੀ ਜਿਹੜੀ ਪਿਕਅਪ ਦੇ ਨਾਲ ਟੱਕਰ ਸੀ ਉਹ ਕਿੰਨੀ ਜ਼ਿਆਦਾ ਜ਼ਬਰਦਸਤ ਸੀ ਮਿੰਦਰਾ ਪਿਕਅਪ ਜੀਪ ਤੇਲ ਦੇ ਡਰਮਾਂ ਨਾਲ ਭਰੀ ਹੋਈ ਸੀ ਜਦੋਂ ਟਰੱਕ ਦੀ ਟੱਕਰ ਵੱਜੀ ਤਾਂ ਤੇਲ ਸੜਕ ਤੇ ਡੁੱਲ ਗਿਆ ਅੱਗ ਲੱਗ ਗਈ ਤਿੰਨਾਂ ਗੱਡੀਆਂ ਨੂੰ ਦੇਖਦੇ-ਦੇਖਦੇ ਲਪਟਾਂ ਨੇ ਆਪਣੇ ਲਪੇਟ 'ਚ ਲੈ ਲਿਆ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਦੇ ਕਰੀਬ ਪੌਣੇ ਘੰਟੇ ਬਾਅਦ ਇੱਥੇ ਪੁਲਿਸ ਪਹੁੰਚੀ ਫਿਰ ਕਿਤੇ ਫਾਇਰ ਬ੍ਰਿਗੇਡ ਗੱਡੀਆਂ ਨੂੰ ਬੁਲਾਇਆ ਗਿਆ ਫਿਰ ਕਿਤੇ ਜਾ ਕੇ ਅੱਗ ਬੁਝਾਈ ਇਸ ਦਰਮਿਆਨ ਸੜਕ ਦੇ ਦੋਵੇਂ ਪਾਸੇ ਜਾਮ ਲੱਗਣ ਕਾਰਨ ਜਲੰਧਰ ਲੁਧਿਆਣਾ ਹਾਈਵੇ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਜਿਹੜੀ ਕਿ ਦੁਪਹਿਰ ਤੋਂ ਬਾਅਦ ਚੱਲੂ ਹੋਈ ਤਰਨਤਾਰਨ ਦੇ ਵਿੱਚ ਸੜਕ ਹਾਦਸਾ ਵਾਪਰਿਆ ਸ਼ਹਾਬਪੁਰ ਨੇੜੇ ਤੜਕੇ-ਤੜਕੇ ਹਾਦਸੇ 'ਚ ਇੱਕ ਪਰਿਵਾਰ ਦੀਆਂ ਦੋ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਪਤਾ ਲੱਗਿਆ ਕਿ ਦੋਵੇਂ ਰਿਸ਼ਤੇ ਦੇ ਵਿੱਚ ਮਾਸੀ ਭਾਣ ਜੀ ਲੱਗਦੀਆਂ ਸੀ ਇਹ ਹਾਦਸਾ ਸੜਕ ਤੇ ਖੜੇ ਕੀਤੇ ਟਰੱਕ ਵਿੱਚ ਕਾਰ ਵੱਜਣ ਕਰਕੇ ਵਾਪਰਿਆ ਇਹ ਪਰਿਵਾਰ ਤੜਕੇ ਆਪਣੇ ਪਿੰਡ ਲੋਹੁੱਕਾ ਤੋਂ ਚੱਬਾ ਦੇ ਗੁਰਦੁਆਰਾ ਟਾਲਾ ਸਾਹਿਬ ਮੱਥਾ ਟੇਕਣ ਲਈ ਕਾਰ ਤੇ ਜਾ ਰਿਹਾ ਸੀ ਘਰੋਂ 4 ਕਿਲੋਮੀਟਰ ਦੀ ਦੂਰੀ ਤੇ ਸ਼ਹਾਪੁਰ ਨੇੜੇ ਉਹਨਾਂ ਦੀ ਕਾਰ ਸੜਕ ਉੱਤੇ ਬਿਨਾਂ ਕੋਈ ਸੂਚਕ ਲਾਈਟ ਖੜੇ ਟਰੱਕ ਦੇ ਵਿੱਚ ਜਾ ਵਜੇ ਜਿਵੇਂ ਹੀ ਲੋਕਾਂ ਨੇ ਟਰੱਕ ਚ ਫਸੀ ਕਾਰ ਬਾਹਰ ਕੱਢੀ ਦੋਵੇਂ ਔਰਤਾਂ ਦੀ ਮੌਤ ਹੋ ਚੁੱਕੀ ਸੀ ਜਦ ਕਿ ਕਾਰ ਚਲਾਉਣ ਵਾਲਾ ਇੱਕ ਔਰਤ ਦਾ ਪਤੀ ਪਰਮਜੀਤ ਸਿੰਘ ਜ਼ਖਮੀ ਹੈ ਇਲਾਜ ਚੱਲ ਰਿਹਾ ਹੈ। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਬਾਰੇ ਇੱਕ ਹੋਰ ਪੁਸਤਕ ਛਪੀ ਹੈ। ਮੂਸੇਵਾਲਾ ਕੌਣ? ਇਹ ਪੁਸਤਕ ਲੇਖਕ ਸੁਰਜੀਤ ਸਿੰਘ ਜਰਮਨੀ ਨੇ ਲਿਖੀ ਹੈ ਜਿਸ ਨੂੰ ਕੱਲ ਅੰਮ੍ਰਿਤਸਰ ਦੇ ਪਿੰਡ ਠੱਠਾ ਦੇ ਵਿੱਚ ਰਿਲੀਜ਼ ਕੀਤਾ ਗਿਆ। ਇਹ ਕਿਤਾਬ ਸਿੱਧੂ ਮੂਸੇਵਾਲੇ ਦਾ ਪੰਜਾਬ ਪੱਖੀ ਰੋਲ ਅਤੇ ਉਸ ਦੇ ਖਤਮ ਕੀਤੇ ਜਾਣ ਦੇ ਪੇਤ ਉਜਾਗਰ ਕਰਦੀ ਹੈ। ਯਾਨੀ ਕਿ ਇਸ ਕਿਤਾਬ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਦਾਸਤਾਨ ਲਿਖੀ ਗਈ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅਨੇ ਦਿਨੀ ਪੀਯੂ ਵਿਦਿਆਰਥੀ ਕੌਂਸਲ ਚੋਣਾਂ ਕਰਕੇ ਮਾਹੌਲ ਪੂਰਾ ਗਰਮ ਹੈ ਕੱਲ ਵਿਦਿਆਰਥੀ ਜਥੇਬੰਦੀਆਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਹਰ ਪਾਰਟੀ ਨੇ ਚੋਣ ਪ੍ਰਚਾਰ ਕੀਤਾ ਤੇ ਆਪੋ ਆਪਣੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੇ ਲਈ ਵਿਦਿਆਰਥੀਆਂ ਨੂੰ ਅਪੀਲ ਕੀਤੀ ਕੱਲ ਐਤਵਾਰ ਸੀ ਛੁੱਟੀ ਵਾਲੇ ਦਿਨ ਚੰਡੀਗੜ੍ਹ ਦੇ ਸਾਰੇ ਡਿਸਕੋ ਕਹਿੰਦੇ ਬੁੱਕ ਰਹੇ ਵਿਦਿਆਰਥੀ ਜਥੇਬੰਦੀਆਂ ਨੇ ਸਟੂਡੈਂਟਸ ਨੂੰ ਐਲਾਂਟੇ ਮਾਲ ਦੇ ਵਿੱਚ ਉਹਨਾਂ ਦੀ ਮਨਪਸੰਦ ਦੀਆਂ ਫਿਲਮਾਂ ਵੀ ਦਿਖਾਈਆਂ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਐਤ ਪਹਾੜਾਂ ਦੇ ਟੂਰਾ ਤੋਂ ਦੂਰੀ ਬਣਾਈ ਹੋਈ ਹੈ ਮਾਹੌਲ ਖਰਾਬ ਹੋਣ ਕਰਕੇ ਜਦਕਿ ਪਿਛੜੀਆਂ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਵੋਟਾਂ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਪਹਾੜਾਂ ਦੇ ਟੂਰ ਲਵਾਉਂਦੀਆਂ ਰਹੀਆਂ ਨੇ ਕਾਲ ਪ੍ਰਸ਼ਾਸਨ ਨੇ ਪੈਦਲ ਮਾਰਚ ਕੱਢਣ ਦਾ ਸਮਾਂ ਸ਼ਾਮ 5 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਨਿਸ਼ਚਿਤ ਕੀਤਾ ਸੀ ਜਿਸ ਤਹਿਤ ਆਪੋ ਆਪਣੇ ਖੇਤਰਾਂ ਤੇ ਸਮਾਜ ਸਾਰਨੀ ਦੇ ਮੁਤਾਬਿਕ ਵਿਦਿਆਰਥੀ ਜਥੇਬੰਦੀਆਂ ਨੇ ਪੈਦਲ ਮਾਰਚ ਕੀਤਾ ਤੇ ਰੈਲੀਆਂ ਵੀ ਕੱਢੀਆਂ ਪੰਜਾਬ ਸਰਕਾਰ ਨੇ ਚਮਕੌਰ ਸਾਹਿਬ ਦੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਮੋਰਿੰਡਾ ਸਥਿਤ ਸਹਿਕਾਰੀ ਖੰਡ ਮਿਲ ਡੀ ਲਾਈਨ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਪੰਜਾਬ 슈ਗਰ ਫੈਟ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਆਪਣੇ ਚਾਹੇਤਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਡੀ ਲਾਈਨ ਬਣਾਈ ਸੀ ਸੰਗਰੂਰ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਕਰੋੜਾਂ ਰੁਪਈਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਨੇ ਤਿੰਨ ਨਸ਼ਾ ਤਸਕਰਾਂ ਦੀ 1 ਕਰੋੜ ਦੀ ਜਾਇਦਾਦ ਜਿਦੇ ਵਿੱਚ ਮਕਾਨ ਖੇਤੀਬਾੜੀ ਜ਼ਮੀਨ ਤੇ ਵਾਹਨ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਪੁਲਿਸ ਦੇ ਜਾਰੀ ਕੀਤੇ ਹੈਲਪਲਾਈਨ ਨੰਬਰ ਤੇ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਸੂਚਨਾ ਦਿੱਤਾ ਦਿੱਤੀ ਜਾਵੇ ਗੁਪਤ ਰੱਖੀ ਜਾਵੇਗੀ ਨੰਬਰ ਹੈ 8054112112 ਪੁਲਿਸਪਾਵੇਂ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰਨ ਦਾ ਦਾਵਾ ਕਰਦੀ ਹੈ ਪਰ ਪੰਜਾਬ ਦੇ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਹਾਲੇ ਵੀ ਚਿੱਟਾ ਦੌੜਦਾ ਹੈ ਕਪੂਰਥਲਾ ਤੋਂ ਲੂਕੰਡੇ ਖੜੇ ਕਰਨ ਵਾਲੀ ਖਬਰ ਹੈ ਜਦੋਂ ਇੱਕ ਵੀਡੀਓ ਇਥੋਂ ਵਾਇਰਲ ਹੋਈ ਹੈ ਇਲੈਕਟ੍ਰੋਨਿਕ ਅੰਡੇ ਤੇ ਚਿੱਟਾ ਤੋਲ ਕੇ ਇੱਕ ਨਾਬਾਲਗ ਕੁੜੀ ਪੁੜੀਆਂ ਬਣਾ ਰਹੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਪਿੰਡ ਬਾਦਸ਼ਾਹਪੁਰ ਦੀ ਰਹਿਣ ਵਾਲੀ ਇਸ ਕੁੜੀ ਉਸਦੀ ਮਾਂ ਤੇ ਭਰਾ ਦੇ ਖਿਲਾਫ ਮਾਮਲਾ ਦਰਜ ਕਰਕੇ ਭਰਾ ਨੂੰ ਤਾਂ ਗ੍ਰਿਫਤਾਰ ਕਰ ਲਿਆ ਮਾਂਵਾਂ ਧੀਆ ਹਲੇ ਪੁਲਿਸ ਦੀ ਗ੍ਰਫਤ ਤੋਂ ਬਾਹਰ ਨੇ ਪਠਾਨਕੋਟ ਪੁਲਿਸ ਨੇ ਕੁੜੀਆਂ ਨਾਮ ਤੇ ਚੱਲ ਰਹੇ 8 ਫਰਜ਼ੀ ਸੋਸ਼ਲ ਮੀਡੀਆ ਖਾਤਿਆਂ ਦੀ ਸੂਚੀ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਪੁਲਿਸ ਮੁਤਾਬਕ ਇਹ ਕੁੜੀਆਂ ਨਹੀਂ ਬਲਕਿ ਦੇਸ਼ ਦੇ ਦੁਸ਼ਮਣ ਨੇ ਜੋ ਸਰਹੱਦ ਪਾਰੋਂ ਆਪਣੇ ਖਾਤੇ ਚਲਾ ਰਹੇ ਨੇ ਅਤੇ ਭਾਰਤੀ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਗੁੰਮਰਾਹ ਕਰ ਰਹੇ ਨੇ ਐਸਐਸਪੀ ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਜੇ ਕਿਸੇ ਲੜਕੀ ਦੇ ਵੱਲੋਂ ਫਰੈਂਡ ਰਿਕੁਐਸਟ ਆਉਂਦੀ ਹੈ ਸੋਸ਼ਲ ਮੀਡੀਆ ਤੇ ਤਾਂ ਸਾਵਧਾਨ ਹੋ ਜਾਓ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਉਹ ਕੁੜੀ ਹੀ ਹੋਵੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਰੋਜ਼ਾਨਾ ਈ ਪੰਜਾਬ ਪੋਰਟਲ ਤੇ ਅਪਲੋਡ ਕਰਨ ਦੀ ਨਵੀਂ ਹਦਾਇਤ ਜਾਰੀ ਕੀਤੀ ਹੈ ਜਿਸ ਤਹਿਤ ਹੁਣ ਸਾਰੇ ਸਕੂਲਾਂ ਨੂੰ ਪ੍ਰੀ ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰ ਪੋਰਟਲ ਤੇ ਦਰਜ ਕਰਵਾਉਣੀ ਪਵੇਗੀ ਅਸਲ ਵਿੱਚ ਸੁਪਰੀਮ ਕੋਰਟ ਨੇ ਵਿਦਿਆਰਥੀਆਂ ਦੇ ਸਕੂਲ ਛੱਡਣ ਤੇ ਲੰਮਾ ਸਮਾਂ ਗੈਰ ਹਾਜ਼ਰ ਰਹਿਣ ਦੇ ਮਾਮਲੇ ਤੇ ਆਪਣੇ ਪਦਰਤੀ ਕਾਰਵਾਈ ਕਰਦਿਆਂ ਸਬੰਧਤ ਵਿਭਾਗਾਂ ਤੋਂ ਜਵਾਬ ਮੰਗਿਆ ਸੀ ਲੌਂਗਵਾਲ ਦੇ ਵਿੱਚ ਕੱਲ ਉੱਤਰੀ ਭਾਰਤ ਦੀਆਂ 16 ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਵੱਡੇ ਸੰਘਰਸ਼ ਦੌਰਾਨ ਆਪਣੀ ਕੀਮਤੀ ਜਾਨ ਗਵਾਉਣ ਵਾਲੇ ਕਿਸਾਨ ਪ੍ਰੀਤਮ ਸਿੰਘ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ ਅੰਤਿਮ ਅਰਦਾਸ ਉਹਨਾਂ ਦੀ ਜੱਦੀ ਪਿੰਡ ਮੰਡੇਰ ਕਲਾਂ ਦੀ ਦਾਣਾ ਮੰਡੀ ਦੇ ਵਿੱਚ ਕੀਤੀ ਗਈ ਇਸ ਮੌਕੇ ਹਜ਼ਾਰਾਂ ਕਿਸਾਨਾਂ ਨੇ ਨਾਰਿਆਂ ਦੀ ਗੂੰਜੇਟ ਵਿਛੜੇ ਸਾਥੀ ਪ੍ਰੀਤਮ ਸਿੰਘ ਮੰਡੇਰ ਕਲਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਅੱਜ ਹੋਣ ਵਾਲੀ ਮੀਟਿੰਗ ਦੀ ਵੀ ਜਾਣਕਾਰੀ ਦਿੱਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਅੱਜ ਕਿਸਾਨ ਜਥੇਬੰਦੀਆਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਜੇ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਅੰਦੋਲਨ ਫੇਰ ਸ਼ੁਰੂ ਹੋਵੇਗਾ ਜੇ ਮੀਟਿੰਗ 'ਚ ਸਹਿਮਤੀ ਨਾ ਬਣੀ ਤਾਂ ਹਰਿਆਣਾ ਦੇ ਅੰਮ੍ਰਾਲਾ 'ਚ ਵੱਡੀ ਪੰਚਾਇਤ ਹੋਵੇਗੀ ਜਿਸ ਕਿਸਾਨਾਂ ਦੀਆਂ ਮੁੱਖ ਮੰਗਾਂ ਚੁੱਕੀਆਂ ਜਾਣਗੀਆਂ ਜਿਹੜੀਆਂ ਸਾਡੀਆਂ ਮੰਗਾਂ ਵਾ ਚਾਰ ਨੂੰ ਸਾਡੀ ਮੀਟਿੰਗ ਹੈ ਸਰਕਾਰ ਨਾਲ ਜੇ ਮੰਗਾਂ ਨਾ ਮੰਨੀਆਂ ਤੇ ਅਗਲੇ ਬੰਨੇ ਫਿਰ ਮੋਰਚਿਆਂ ਦਾ ਐਲਾਨ ਹੋ ਜਿਵੇਂ ਹੜ੍ਹਾਂ ਦਾ ਮੁਆਵਜ਼ਾ ਲੈਣਾ ਐਮਐਸਪੀ ਗਰੰਟੀ ਕਾਨੂੰਨ ਨਰੇਗਾ 200 ਦਿਨ ਔਰ ਇਹਦੇ ਨਾਲ ਦਿੱਲੀ ਵਾਲੇ ਕੇਸ ਵਾਪਸ ਕਰਾਉਣੇ ਸ਼ਹੀਦੀ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਮੁਆਵਜ਼ਾ ਲੈ ਕੇ ਦੇਣਾ ਔਰ ਇਸ ਗੱਲ ਦੀ ਵੀ ਨਿੰਦਿਆ ਕਰਦੇ ਆ ਜਿਹਦੇ ਤੇ ਬਾਸਮਤੀ ਤੇ ਸਰਕਾਰ ਨੇ ਜਿਹੜੀ ਆ ਉਹ ਦੀ ਐਕਸਪੋਰਟ ਤੇ ਰੋਕ ਲਾਈ ਆ ਇਹਦੇ ਨਾਲ ਮੰਡੀ ਦੇ ਰੇਟ ਡਿੱਗਣ ਵਾਲੇ ਨੇ ਇਵੇਂ ਜਿਵੇਂ ਟੋਲ ਪਲਾਜ਼ਾਂ ਦੇ ਰੇਟ ਵਧਾਏ ਹੈਗੇ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ਤੋਂ ਅਜੇਹੀਆਂ ਮੰਗਾਂ ਅਰ ਜਿਵੇਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਮਾਰ ਪੂਰੇ ਪੰਜਾਬ ਨੂੰ ਪੈ ਰਹੀ ਆ ਇਹ ਮੁੱਦੇ ਵੀ ਚੱਕੇ ਜਾਣਗੇ ਆਉਣ ਵਾਲੇ ਸਮੇਂ ਵਿੱਚ ਕੇਂਦਰ ਦੇ ਖਿਲਾਫ ਵੱਡੇ ਅੰਦੋਲਨ ਜਿਹੜੇ ਪੰਜਾਬ ਵਿੱਚ ਸ਼ੁਰੂ ਹੋਣਗੇ ਉਹਦੇ ਲਈ ਲੋਕਾਂ ਨੂੰ ਖੁੱਲਾ ਸੱਦਾ ਦੇ ਰਹੇ ਤਿਆਰ ਰਹੋ ਤੇ ਪੰਜ ਨੂੰ ਅੰਮ੍ਰਾਲਾ ਹਰਿਆਣਾ ਵਿਖੇ ਵੱਡੀ ਮਹਾਪੰਚਾਇਤ ਹੋਊਗੀ ਜੇ ਚਾਰ ਵਾਲੀ ਮੀਟਿੰਗ ਵਿੱਚ ਸਾਡੇ ਮਸਲੇ ਜਿਹੜੇ ਹਰਿਆਣੇ ਦੇ ਨੌਜਵਾਨ ਦੀ ਲੱਤ ਕੱਢੀ ਆ ਉਹਦੀ ਨੌਕਰੀ ਅਰ ਜਿਹੜੇ ਹਰਿਆਣੇ ਦੇ ਕਿਸਾਨਾਂ ਦੇ ਕੇਸ ਪਾਏ ਆ ਜੋ ਵਾਪਸ ਨਾ ਲਏ ਗਏ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਹੁਣ ਇੱਕ ਮੁਲਕ ਇੱਕ ਚੋਣ ਦੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਕੇਂਦਰੀ ਕਾਨੂੰਨ ਮੰਤਰਾਲੇ ਦੇ ਚੋਟੀ ਦੇ ਅਧਿਕਾਰੀਆਂ ਨੇ ਕੱਲ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਜੋ ਲੋਕ ਸਭਾ ਰਾਜ ਵਿਧਾਨ ਸਭਾਵਾਂ ਤੇ ਨਿਗਮ ਚੋਣਾਂ ਇਕੱਠੀਆਂ ਕਰਵਾਉਣ ਦੀ ਸੰਭਾਵਨਾ ਤੇ ਵਿਚਾਰ ਕਰਨ ਤੇ ਇਸ ਸੰਬੰਧੀ ਸਿਫਾਰਿਸ਼ਾਂ ਕਰਨ ਲਈ ਬਣਾਈ ਗਈ ਉੱਚ ਪੱਧਰੀ ਕਮੇਟੀ ਦੇ ਪ੍ਰਧਾਨ ਨੇ ਸੈਂਟਰ ਸਰਕਾਰ ਨੇ ਸਨਿਸ਼ਚਿਤਵਾਨ ਨੂੰ 8 ਮੈਂਬਰੀ ਕਮੇਟੀ ਦੇ ਗਠਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਤੋਂ ਬਾਅਦ ਉੱਚ ਪੱਧਰੀ ਕਮੇਟੀ ਦੇ ਪ੍ਰਧਾਨ ਤੇ ਸਾਬਕ ਨਾਥ ਕੋਵਿੰਦ ਦੇ ਨਾਲ ਕਮੇਟੀ ਦੀ ਪਹਿਲੀ ਮੀਟਿੰਗ ਹੋਵੇਗੀ ਕੱਲ ਕਾਨੂੰਨ ਮੰਤਰਾਲੇ ਦੇ ਅਧਿਕਾਰੀਆਂ ਨੇ ਸਾਬਕਾ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਏਜੰਡੇ ਤੋਂ ਜਾਣੂ ਕਰਵਾਇਆ ਦੂਜੇ ਪਾਸੇ ਵਿਰੋਧੀ ਧਿਰਾਂ ਲਗਾਤਾਰ ਇਸ ਦਾ ਵਿਰੋਧ ਕਰ ਰਹੀਆਂ ਨੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਦੇਸ਼ ਇੱਕ ਚੋਣ ਦੇ ਵਿਚਾਰ ਨੂੰ ਭਾਰਤੀ ਸੰਘ ਅਤੇ ਸੂਬਿਆਂ ਤੇ ਹਮਲਾ ਦੱਸਿਆ ਕਾਂਗਰਸ ਨੇ ਕਮੇਟੀ ਦੀ ਬਣਤਰ ਤੇ ਵੀ ਸਵਾਲ ਚੁੱਕੇ ਨੇ ਇੱਕ ਪਾਸੜ ਫੈਸਲਾ ਲੈਣ ਦਾ ਖੰਡਸ਼ਾ ਜਤਾਇਆ ਹੈ ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ ਨੇ ਵੀ ਸਰਕਾਰ ਵੱਲੋਂ ਬਣਾਈ ਕਮੇਟੀ ਨੂੰ ਲੈ ਕੇ ਬੀਜੇਪੀ ਸਰਕਾਰ ਦੀ ਆਲੋਚਨਾ ਕਰਦੇ ਹਾਂ ਕਿ ਹਾਂ ਕਿ ਹਕਮਰਾਨ ਸਰਕਾਰ ਲੋਕਤੰਤਰੀ ਭਾਰਤ ਨੂੰ ਹੌਲੀ-ਹੌਲੀ ਤਾਨਾਸ਼ਾਹੀ ਦੇ ਵਿੱਚ ਬਦਲਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਸਰਕਾਰ ਨੂੰ ਪੁੱਛਿਆ ਕਿ ਇੱਕ ਦੇਸ਼ ਇੱਕ ਚੋਣ ਨਾਲ ਆਮ ਆਦਮੀ ਨੂੰ ਦੱਸੋ ਕੀ ਮਿਲੇਗਾ ਕਿ ਇਸ ਦੇ ਥਾਂ ਤੇ ਇੱਕ ਮੁਲਕ ਇੱਕ ਸਿੱਖਿਆ ਪ੍ਰਣਾਲੀ ਲਾਗੂ ਨਹੀਂ ਹੋਣੀ ਚਾਹੀਦੀ ਜਾ ਫਿਰ ਇੱਕ ਦੇਸ਼ ਇੱਕ ਇਲਾਜ ਪ੍ਰਣਾਲੀ ਨਹੀਂ ਲਾਗੂ ਹੋਣੀ ਚਾਹੀਦੀ ਇੱਕ ਦੇਸ਼ ਇੱਕ ਚੋਣ ਤੋਂ ਆਮ ਆਦਮੀ ਆਮ ਆਦਮੀ ਨੂੰ ਦੱਸੋ ਕੀ ਮਿਲੇਗਾ ਇੱਕ ਹੋਰ ਜਾਣਕਾਰੀ ਇੰਡੀਆ ਗੱਠ ਜੋੜ ਦੇ ਨਾਲ ਵੀ ਜੁੜੀ ਤੁਹਾਨੂੰ ਦੇ ਦਿੰਨੇ ਹਾਂ ਕਿ ਸੰਸਦ ਮੈਂਬਰ ਨੇ ਜਿਹੜੇ ਇਸ ਗੱਠ ਜੋੜ ਦੇ ਉਹਨਾਂ ਦੀ ਮੀਟਿੰਗ ਕੱਲ ਨੂੰ ਹੋਵੇਗੀ ਆਉਂਦੀ 18 ਤੋਂ 22 ਸਤੰਬਰ ਤੱਕ ਜਿਹੜਾ ਸੰਸਦ ਦਾ ਵਿਸ਼ੇਸ਼ ਸੈਸ਼ਨ ਹੋਣ ਜਾ ਰਿਹਾ ਉਸ ਤੇ ਮੱਦੇ ਨਜ਼ਰ ਵਿਰੋਧੀ ਧਿਰਾਂ ਦੇ ਮੈਂਬਰਾਂ ਦੀ ਬੈਠਕ ਹੋਵੇਗੀ ਤੇ ਸਰਕਾਰ ਦੇ ਟੱਕਰੇ ਲਈ ਰਣਨੀਤੀ ਬਣਾਈ ਜਾਵੇਗੀ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ